ਮੈਨੂੰ ਪਰਸਨਲੀ ਬੜਾ ਸੋਹਣਾ ਲੱਗਾ ਵਾਲਾ ਕਲਰ, ਮਤਲਬ ਇਹਦੀ ਤੇ ਜਿਹੜੀ ਕਢਾਈ ਕੀਤੀ ਹੋਈ ਨਾ ਮੈਨੂੰ ਆਹ ਬਹੁਤ ਸੋਹਣੀ ਲੱਗੀ, ਇਹ ਵੀ ਮੈਨੂੰ ਬਹੁਤ ਸੋਹਣਾ ਲੱਗਾ ਕਿਉਂਕਿ ਇਹਦਾ ਗਲਾ ਆਹ ਜਿਹੜਾ ਗਲਾ ਨੈਕ ਬਣੀ ਹੋਈ ਉਹ ਮੈਨੂੰ ਬਹੁਤ ਸੋਹਣੀ ਲੱਗੀ ਹੈ ਚੀਜ਼, ਇਹ ਵੀ ਗਲਾ ਬਣਿਆ ਹੋਇਆ ਵਾ ਤੇ ਇੱਦਾਂ ਨੀਚੇ ਨੂੰ ਇੱਦਾਂ ਲੰਬੀਆਂ ਲੰਬੀਆਂ ਵੇਲਾਂ ਜਾ ਰਹੀਆਂ ਔਰ ਸਾਈਡਾਂ ਤੇ ਛੋਟੀਆਂ ਛੋਟੀਆਂ ਬੂਟੀਆਂ, ਮਤਲਬ ਇਹਨਾਂ ਦੇ ਪ੍ਰਾਈਸ ਇੱਦਾਂ ਰੱਖੇ ਹੋਏ ਨਾ ਕਿ ਹਰ ਇੱਕ ਦੀ ਰੇਂਜ ਵਿੱਚ ਚਲੇ ਜਾਣ, ਇਹ ਨਹੀਂ ਕਿ ਕੋਈ ਤਰਸਦਾ ਰਹਿੰਦੇ ਨੇ ਮੇਰੀ ਭੈਣਾਂ ਕਿ ਕਢਾਈਆਂ ਵਾਲੇ ਸੂਟ ਨਹੀਂ ਪਾਉਂਦੇ, ਹਾਂ ਵੀ ਕਢਾਈ ਵਾਲੇ ਸੂਟ ਜਿਹੜੇ ਕਢਾਈ ਕਢਵਾਉਣ ਜਾਂਦੀਆਂ ਨੇ ਇਹਦਾ ਪ੍ਰਾਈਸ ਸੁਣਨਾ ਚਾਹੋਗੇ ਦੱਸੋ, ਤੁਸੀਂ ਡਰਾ ਰਹੇ ਹੋ ਇੱਦਾਂ ਹੱਸ ਕੇ, ਇਹ 1500 ਦਾ ਸੂਟ ਹੈ, ਇਹ ਤਾਂ ਫਿਰ ਉਹ ਜਿਹੜੇ ਆਪਾਂ ਸੂਟ ਪਹਿਲਾਂ ਵੇਖੀਏ ਤਾਂ ਸੇਮ ਸੂਟ ਆ, ਮੈਂ ਇਹਨੂੰ ਮੰਨਦੀ ਹਾਂ 4-5 ਹਜ਼ਾਰ ਦਾ ਸੂਟ ਹੋਊਗਾ ਕਿਉਂਕਿ ਮੈਨੂੰ ਪਤਾ ਨਾ ਮੈਂ ਸ਼ੋਪ ਤੇ ਜਾਂਦੀ ਹਾਂ, ਇੰਨਾ ਸਸਤਾ ਮੈਂ ਮੰਨ ਹੀ ਨਹੀਂ ਸਕਦੀ ਦੀਦੀ, ਇਹ 1500 ਦਾ ਸੂਟ ਹੈ, ਚਲੋ ਮੈਂ ਬਹਿ ਜਾਂਦੀ ਹਾਂ, ਟੈਗ ਆ ਚੱਲਿਆ ਹੁਣ ਉਹਨੇ, ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਹੈਗਾ 650 ਦਾ, ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋ ਗਏ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ, ਤੇ ਅੱਜ ਅਸੀਂ ਆ ਗਏ ਫਿਰ ਜਲੰਧਰ, ਤੁਹਾਨੂੰ ਪਤਾ ਹੀ ਅਸੀਂ ਬਟਾਲੇ ਗਏ ਸੀ ਤੇ ਆਉਂਦੇ ਆਉਂਦੇ ਅਸੀਂ ਦੀਦੀ ਕੋਲੋਂ ਬ੍ਰੇਕ ਮਾਰ ਲਈ ਕਿਉਂਕਿ ਸਾਨੂੰ ਦੀਦੀ ਦਾ ਫੋਨ ਆਇਆ ਸੀ ਕਿ ਮੇਰੇ ਕੋਲ ਤੁਸੀਂ ਆਉਣਾ ਵਾ ਆਉਂਦੇ ਟਾਈਮ, ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਜਿਵੇਂ ਪਹਿਲਾਂ ਵੀ ਦੀਦੀ ਦੇ ਸੂਟਾਂ ਦੀ ਆਪਾਂ ਵੀਡੀਓਜ਼ ਬਣਾਉਂਦੇ ਹਾਂ ਤੇ ਤੁਸੀਂ ਸਾਰਿਆਂ ਨੇ ਜਿਹੜਾ ਬਹੁਤ ਪਿਆਰ ਦਿੱਤਾ, ਬੜੀ ਗਰੋਥ ਮਿਲੀ ਸਾਨੂੰ ਉਸ ਵੀਡੀਓਜ਼ ਦੇ ਉੱਪਰ, ਹੈ ਨਾ, ਕਿਉਂਕਿ ਜੇ ਤੁਸੀਂ ਸਾਨੂੰ ਜੇ ਦੀਦੀ ਦੇ ਤੁਸੀਂ ਸੂਟ ਪਸੰਦ ਕਰਦੇ ਹੋ ਤਾਂ ਹੀ ਇੰਨੀ ਗਰੋਥ ਹੋਈ ਹੈ ਉਹਨਾਂ ਦੇ ਉੱਪਰ, ਉਹ ਵਾਲੇ ਵਲੋਗਸ ਜਿਹੜੇ ਅਸੀਂ ਬਣਾਏ ਸੀ, ਹੈ ਨਾ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੀਦੀ ਜਦੋਂ ਸਾਡੇ ਕੋਲ ਰੱਖੜੀ 'ਤੇ ਆਏ ਸੀ ਤੇ ਦੀਦੀ ਕਹਿੰਦੇ ਸੀ ਤੁਸੀਂ ਮੈਨੂੰ ਸਵੇਰੇ ਸਵੇਰੇ ਬੱਸੇ ਚੜਾਓ ਕਿਉਂਕਿ ਦੀਦੀ ਨੂੰ ਆਰਡਰ ਆਇਆ ਸੀ, ਦੀਦੀ ਨੇ ਆਪਣਾ ਆਰਡਰ ਪੂਰਾ ਕਰਨਾ ਸੀ, ਦੀਦੀ ਨੂੰ ਇਕੱਲਾ ਇਹ ਨਹੀਂ ਕਿ ਆਪਣੇ ਮਤਲਬ ਇੰਡੀਆ ਲੈਵਲ 'ਤੇ ਜਾਂ ਪੰਜਾਬ ਲੈਵਲ 'ਤੇ ਜਿਵੇਂ ਰਿਸਪੋਂਸ ਮਿਲ ਰਿਹਾ, ਦੀਦੀ ਨੂੰ ਫੋਰਨ ਕੰਟਰੀ ਤੋਂ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਮਿਲ ਰਿਹਾ ਵਾ। ਹਾਂਜੀ ਮੇਰਾ ਚਲੋ ਇੰਡੀਆ ਦੇ ਵਿੱਚ ਤਾਂ ਜਿਹੜਾ ਚੱਲ ਰਿਹਾ ਕੰਮ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਅੱਛਾ ਚੱਲ ਰਿਹਾ ਹੈਗਾ, ਮੇਰੇ ਨਾਲ ਜਿਹੜੇ ਹੋਰ ਲੋਕ ਜੁੜੇ ਨੇ ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਇੰਗਲੈਂਡ ਤੋਂ, ਅਮੈਰੀਕਾ ਤੋਂ, ਸਾਈਪ੍ਰਸ ਤੋਂ, ਨਿਊਜ਼ੀਲੈਂਡ ਤੋਂ, ਨਿਊਯਾਰਕ ਤੋਂ, ਮਤਲਬ ਬਹੁਤ ਜ਼ਿਆਦਾ ਲੋਕ ਜੁੜੇ ਹੈ, ਜਿਹੜੀ ਆ ਮੇਰੀ ਦੀਦੀਆਂ ਮਤਲਬ ਫੋਨ ਦੇ ਵਿੱਚ ਜਿਹਨਾਂ ਦੀ ਬੁਟੀਕ ਹੈਗੇ ਆ, ਜਿਹੜੇ ਆਪਣੇ ਉੱਥੇ ਐਗਜੀਬਿਸ਼ਨਸ ਲਗਾਉਂਦੀਆਂ ਔਰ ਕੁਛ ਆਪਣੇ ਜਿਹੜੇ ਸ਼ੋਪ ਹੈਗੇ ਆ ਜਿਹਨਾਂ ਦੇ ਸਟੋਰ ਹੈਗੇ ਹੈ, ਉਹ ਦੀਦੀਆਂ ਵੱਲੋਂ ਵੀ ਮੈਨੂੰ ਬਹੁਤ ਅੱਛਾ ਰਿਸਪੋਂਸ ਆ ਰਿਹਾ, ਮਤਲਬ ਉਹ ਜਿਹੜੇ ਹੈਗੇ ਆ ਉਹ ਇਕੱਲੇ ਇੰਬਰਾਇਡਰੀ ਵਗੈਰਾ ਕਰਵਾ ਕੇ ਨਹੀਂ ਸੂਟ ਮੰਗਾਉਂਦੇ, ਉਹ ਸਟਿਚ ਕਰਵਾ ਕੇ ਵੀ ਸੂਟ ਮੰਗਵਾਉਂਦੇ ਹੈ। ਚਲੋ ਹੁਣ ਤੁਸੀਂ ਦੱਸੋ ਦੀਦੀ ਸਾਡੇ ਵਾਸਤੇ ਕਿਹੜਾ ਨਵਾਂ ਸਟਾਈਲ ਲੈ ਕੇ ਆਏ ਹੋ ਹੁਣ? ਹੁਣ ਜਿੱਦਾਂ ਕਿ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈ, ਉਹਨਾਂ ਦੇ ਵਿੱਚ ਜਿੱਦਾਂ ਕਿ ਥੋੜ੍ਹਾ ਪਾਰਟੀ ਵੇਅਰ ਟਾਈਪ ਸੂਟ ਹੁੰਦੇ ਆ ਨਾ, ਹੁਣ ਆਪਾਂ ਉਹ ਚੀਜ਼ਾਂ ਲੈ ਕੇ ਆਉਂਦੀਆਂ, ਆਹ ਦੇਖੋ ਟਿਸ਼ੂ ਦੇ ਉੱਪਰ ਸੂਟ ਹੈ, ਆਹ ਦੇਖੋ ਜੀ ਇਹਦੇ ਨਾਲ ਆਹ ਸਲੀਵ ਰਹਿਣਗੀਆਂ, ਠੀਕ ਹੈ, ਆਹ ਪੂਰੀ ਸ਼ਰਟ ਰਹੇਗੀ, ਠੀਕ ਹੈ ਜੀ, ਔਰ ਇਹਦੇ ਨਾਲ ਆਹ ਸਲੀਵ ਰਹਿਣਗੀਆਂ, ਠੀਕ ਹੈ ਜੀ, ਠੀਕ ਆ, ਔਰ ਇਸਦੇ ਨਾਲ ਜੋ ਅਸੀਂ ਬੋਟਮ ਅਟੈਚ ਕੀਤੀ ਹੈ ਆਹ ਮਤਲਬ ਆ ਪੈਰਟ ਕਲਰ ਜਿਹੜਾ ਕਹਿ ਸਕਦੇ ਹੋ, ਇਸ ਕਲਰ ਦੀ ਕੀਤੀ ਹੈ ਨੈਚੁਰਲ ਕਰੇਪ ਦੀ। ਓਕੇ ਠੀਕ ਆ, ਹਾਂਜੀ ਨੈਚੁਰਲ ਕਰੇਪ ਦਾ, ਠੀਕ ਆ, ਇਹਦਾ ਮਤਲਬ ਇਹ ਤੁਸੀਂ ਠੀਕ ਆ, ਵੈਸੇ ਤਾਂ ਹਾਂ ਵਿਦਆਊਟ ਦੁਪੱਟੇ ਹੁੰਦੇ ਆ ਜੇ, ਪਰ ਦੀਦੀ ਨੂੰ ਜਿੰਨੇ ਵੀ ਆਰਡਰ ਆਉਂਦੇ ਸਾਰੇ ਜਾਣੇ ਇਹੋ ਹੀ ਕਹਿੰਦੇ ਕਿ ਤੁਸੀਂ ਸਾਨੂੰ ਦੁਪੱਟਾ ਵੀ ਨਾਲ ਦਿਓ ਅਤੇ ਉਹਨੂੰ ਕਲਰ ਵੀ ਕਰਵਾ ਕੇ ਦਿਓ ਅਤੇ ਜਿਵੇਂ ਵੀ ਆ, ਕਿਉਂਕਿ ਜਿਵੇਂ ਬਾਹਰੋਂ ਫੋਨ ਆਉਂਦੇ ਆ ਉਹ ਸਾਰੇ ਜਾਣੇ ਦੀਦੀ ਕੋਲ ਸੂਟ ਸਟਿਚ ਕਰਵਾ ਕੇ ਲੈ ਕੇ ਜਾਂਦੇ ਨੇ। ਹਾਂਜੀ ਨਹੀਂ ਦੁਪੱਟੇ ਆਪਾਂ ਜਿੱਦਾਂ ਦੇ ਤਿਆਰ ਕਰਾਉਂਦੇ ਮੈਂ ਦਿਖਾ ਦਿੰਦੀ ਹਾਂ ਦੁਪੱਟਾ, ਵੈਸੇ ਦੁਪੱਟੇ ਜੋ ਆਪਾਂ ਤਿਆਰ ਕਰਵਾਈਦੇ ਹਾਂ। ਓਕੇ ਇਹ ਮਤਲਬ ਕਿਸੇ ਦਾ ਆਰਡਰ ਆਇਆ ਹੋਇਆ ਵੀ ਟਾਈ ਐਂਡ ਡਾਈ ਦਾ ਨਾ, ਆ ਟਾਈ ਐਂਡ ਡਾਈ ਆਪਾਂ ਇਦਾਂ ਕਰਵਾ ਕੇ ਦੇਈਦਾ ਦੁਪੱਟਾ, ਠੀਕ ਆ, ਆ ਪ੍ਰੋਪਰ ਲੇਸ ਵਰਕ ਕਰਵਾ ਕੇ, ਲੇਸ ਵਰਕ ਲਾ ਕੇ, ਬਹੁਤ ਸੋਹਣਾ ਦੁਪੱਟਾ ਹੈ ਬਈ, ਆ ਲੇਸ ਵੀ ਲੱਗੀ ਹੋਈ ਹੈ ਬਲੈਕ ਕਲਰ ਦੀ ਨਾਲ, ਠੀਕ ਆ, ਇਹ ਤੁਸੀਂ ਤਿਆਰ ਕਰਕੇ ਦਿੰਦੇ ਹੋ, ਇਹ ਤਿਆਰ ਕਰਵਾ ਕੇ, ਬਾਕੀ ਕਸਟਮਰ ਦੀ ਚੋਇਸ ਹੁੰਦੀ ਹੈ ਉਹਨੇ ਕਿੱਦਾਂ ਦਾ ਆਪਣਾ ਦੁਪੱਟਾ ਤਿਆਰ ਕਰਵਾਉਣਾ,
ਠੀਕ ਆ ਉਹਦੇ ਵਿੱਚ ਅੱਗੇ ਹੁਣ ਅੱਗੇ ਆ ਜਾਓ ਸੈਕਿੰਡ ਕਲਰ ਆ ਇਹ ਵੀ ਟਿਸ਼ੂ ਦੇ ਉੱਤੇ ਆ ਇਹ ਵੀ ਟਿਸ਼ੂ ਦੇ ਉੱਪਰ ਇਹਦਾ ਇਹਦੀ ਇਹ ਐਵੇਂ ਆ ਨਾ ਨੀਚੇ ਵਰਕ ਆ ਇਹਦੇ ਇਸ ਤੇ ਨੀਚੇ ਵਰਕ ਹੈ ਸਲੀਵਸ ਵੀ ਹੈਗੀਆਂ ਇਹਦੀ ਸਲੀਵ ਦੇ ਉੱਤੇ ਵੀ ਕੰਮ ਹੈ ਓਕੇ ਇਦਾਂ ਇਹ ਸਲੀਵਸ ਨੇ ਇਹਦੀਆਂ ਠੀਕ ਆ ਔਰ ਇਹਦੇ ਨਾਲ ਮੈਜੈਂਟਾ ਡਾਰਕ ਮੈਜੈਂਟਾ ਨਾ ਇਸ ਨਾਲ ਡਾਰਕ ਮੈਜੈਂਟਾ ਬੋਟਮ ਆ ਇਹਦੀ ਹਾਂਜੀ ਇਹਦੀ ਬੋਟਮ ਹੈ ਠੀਕ ਆ ਬਹੁਤ ਸੋਹਣਾ ਸੂਟ ਹੈ ਵੀ ਤੇ ਮੈਨੂੰ ਦੀਦੀ ਇਹਨਾਂ ਦੇ ਪ੍ਰਾਈਸ ਵੀ ਦੱਸ ਦਿਓ ਜਿਹੜੇ ਟਿਸ਼ੂ ਦੇ ਆਪਾਂ ਸੂਟ ਦਿਖਾ ਰਹੇ ਹਾਂ ਇਹ ਜਿਹੜੇ ਅਪਰੋਕਸੀਮੇਟਲੀ ਤਿਆਰ ਹੋਏ ਹੋਏ ਨੇ ਇਹ 2400 ਦੇ ਸੁੱਤੇ ਸੂਟ ਤਿਆਰ ਹੋਏ ਹੋਏ ਨੇ ਠੀਕ ਆ ਇਹ ਵਾਲੇ ਵਿਦਆਊਟ ਦੁਪੱਟਾ ਕਿ ਵਿਦਆਊਟ ਦੁਪੱਟਾ ਵਿਦਆਊਟ ਦੁਪੱਟਾ ਜਿਹੜਾ ਵਾ ਇਹ ਸੂਟ ਹਾਂਜੀ ਟਿਸ਼ੂ ਦਾ ਆਏ ਨਾ ਤੇ ਜਿਹੜੀ ਬੋਟਮ ਹੋ ਗਈ ਉਹਦੇ ਨਾਲ ਉਹ ਕ੍ਰੇਪ ਚ ਹੋ ਗਈ ਬੋਟਮ ਉਹ ਕ੍ਰੇਪ ਦੀ ਹੈ ਠੀਕ ਆ ਹਾਂ ਇਹ ਵੀ ਸੇਮ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਇਹਦੇ ਵੀ ਸਲੀਵ ਹੈ ਆ ਵੇਖੋ ਇਹਦਾ ਘੇਰਾ ਵਾ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਹ ਇਹਦੀਆਂ ਸਲੀਵਸ ਦੇ ਨਾਲ ਇਦਾਂ ਫੁੱਲ ਬਣਿਆ ਹੋਊਗਾ ਇਹਦੇ ਨਾਲ ਬੋਟਮ ਕਿਹੜੇ ਕਲਰ ਦੀ ਆ ਰਹੀ ਬੋਟਮ ਇਹਦੇ ਨਾਲ ਦੀ ਆ ਬੋਟਮ ਹੈ ਅੱਛਾ ਇਹਦੇ ਨਾਲ ਇਹ ਮੈਜੈਂਟਾ ਬੋਟਮ ਆ ਮੈਜੈਂਟਾ ਕਲਰ ਦੀ ਬੋਟਮ ਦਾ ਆਪਾਂ ਹਾਂ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਲੱਗ ਰਿਹਾ ਆ ਮਤਲਬ ਕ੍ਰੇਪ ਦੇ ਉੱਪਰ ਜੋ ਬੋਟਮ ਹੈਗੀ ਹੈ ਕ੍ਰੇਪ ਦੀ ਹੈ ਠੀਕ ਆ ਇਹ ਵੀ ਸੇਮ ਉਹੀ 2400 ਦੇ ਵਿੱਚ ਤਿਆਰ ਹੋਣਾ ਪੂਰਾ ਬਹੁਤ ਸੋਹਣਾ ਸੂਟ ਆ ਸੀਰੀਅਸਲੀ ਠੀਕ ਹੈ ਜੀ ਅੱਗੇ ਆ ਜੋ ਹੁਣ ਹੈ ਵਾਲਾ ਸੂਟ ਇਹ ਮਿਰਰ ਵਰਕ ਵਿੱਚ ਹੈ ਇਹ ਮਿਰਰ ਵਰਕ ਚ ਸੂਟ ਆ ਦੇਖੋ ਬਈ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਵਾ ਇਹ ਵੀ ਵਿਦਆਊਟ ਦੁਪੱਟੇ ਹੈ ਨਾ ਹਾਂਜੀ ਵਿਦਆਊਟ ਕਿਉਂਕਿ ਇਹ ਕਢਾਈਆਂ ਵਾਲੇ ਸੂਟ ਨੇ ਵਿਦਆਊਟ ਦੁਪੱਟੇ ਵਾਲੇ ਨੇ ਇਹਦਾ ਪ੍ਰਾਈਸ ਕੀ ਹੈ ਦੀਦੀ ਇਹ 1700 ਦੀ ਰੇਂਜ ਵਿੱਚ ਦਾ ਇਹਦਾ 1700 ਸਲੀਵਸ ਹੋਣਗੀਆਂ ਸਾਰਿਆਂ ਦੇ ਨਾਲ ਸਭ ਦੇ ਨਾਲ ਸਲੀਵਸ ਹੈਗੀਆਂ ਨੈਕਸਟ ਆ ਜੋ ਅੱਗੇ ਆ ਵਾਲਾ ਸੂਟ ਆ ਇਹ ਵੀ ਬਹੁਤ ਸੋਹਣਾ ਕਲਰ ਆ ਚਾਕਲੇਟ ਜਿਹਾ ਇਹਦੀ ਕਢਾਈ ਵੀ ਸੋਹਣੀ ਆ ਨਾ ਘੇਰੇ ਤੇ ਕਢਾਈ ਹੈ ਇਹਦੀਆਂ ਵੀ ਸਲੀਵਸ ਹੈਗੀਆਂ ਹਾਂਜੀ ਹਾਂਜੀ ਸਲੀਵਸ ਠੀਕ ਆ ਸਲੀਵਸ ਹੈਗੀਆਂ ਇਹਦੀਆਂ ਵੀ ਹਾਂ ਇਹਦੀਆਂ ਵੀ ਸਲੀਵਸ ਹੈਗੀਆਂ ਨਾਲ ਇਹਦੀ ਜਿਹੜੀ ਰੇਂਜ ਆ ਇਹ 1600 ਆ ਦੀਦੀ ਦੱਸ ਰਹੀ 1600 ਦੀ ਰੇਂਜ ਆ ਵਿਦਆਊਟ ਦੁਪੱਟਾ ਕਿਉਂਕਿ ਬਾਅਦ ਵਿੱਚ ਕਈ ਬਹੁਤ ਜ਼ਿਆਦਾ ਥੋੜਾ ਕਨਫਿਊਜ਼ ਹੋ ਜਾਂਦੇ ਆ ਕਿ ਵਿਦ ਦੁਪੱਟੇ ਨੇ ਕਿ ਵਿਦਆਊਟ ਦੁਪੱਟੇ ਨੇ ਹਨਾ ਆ ਦੇਖੋ ਅੱਗੇ ਨੈਕਸਟ ਆ ਸੂਟ ਆ ਇਹਦਾ ਘੇਰਾ ਬਣਿਆ ਹੋਇਆ ਵੇਖੋ ਵਰਕ ਕੀਤਾ ਹੋਇਆ ਇਹ ਗਲੇ ਤੇ ਆ ਕਿ ਦੀਦੀ ਕਿ ਇਹ ਗਲੇ ਦੇ ਉੱਤੇ ਇੱਥੇ ਗਲਾ ਮਤਲਬ ਇੱਥੋਂ ਗਲਾ ਬਣ ਜਾਏਗਾ ਅੱਛਾ ਇੱਥੇ ਗਲਾ ਵਾ ਤੇ ਇਦਾਂ ਬਣਿਆ ਹੋਇਆ ਡਿਜ਼ਾਈਨ ਉੱਪਰ ਬਾਜੂਆਂ ਇਹਦੀਆਂ ਵੀ ਹੈਗੀਆਂ ਨੇ ਆ ਦੇਖ ਸਕਦੇ ਬਾਜੂ ਬਹੁਤ ਸੋਹਣਾ ਸੂਟ ਇਹਦਾ ਪ੍ਰਾਈਸ ਦੀਦੀ ਇਹਦਾ ਵੀ ਹੋਈ 1600 ਦਾ ਸੂਟ ਆ ਬਈ ਇਹ ਵੀ ਨੈਕਸਟ ਆ ਜੋ ਆ ਵੀ ਕਲਰ ਬਹੁਤ ਸੋਹਣਾ ਵਾ ਹਾਂ ਇਹ ਵੀ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਅੱਜ ਤੇ ਉੱਪਰ ਨੂੰ ਵੇਲ ਜੀ ਜਾ ਰਹੀ ਹੈ ਬਹੁਤ ਸੋਹਣਾ ਚੀਜ਼ ਹੈ ਵੀ ਇਹਦਾ ਵੀ ਸੇਮ ਉਦਾਂ ਹੀ ਬਾਹਾਂ ਤੇ ਵਰਕ ਕੀਤਾ ਹੋਇਆ ਵਾ ਬਾਹਾਂ ਦੇ ਵਰਕ ਹੋਊਗਾ ਹੀ ਹੋਊਗਾ ਸਾਰਿਆਂ ਦੇ ਇਹ ਬਾਹਾਂ ਇਹਦੀ ਇੱਦਾਂ ਤਿਆਰ ਕੀਤੀਆਂ ਹੈ ਚਾਹੇ ਤੁਸੀਂ ਇਹਨੂੰ ਬੋਟਮ ਲਿਆਓ ਤੇ ਭਾਵੇਂ ਇਹਨੂੰ ਸਲੀਵਸ ਤੇ ਲਿਆਓ ਉਹ ਤੁਹਾਡੀ ਮਰਜ਼ੀ ਹੈ ਤੁਹਾਡੀ ਮਰਜ਼ੀ ਹੈ ਇਹਦਾ ਪ੍ਰਾਈਸ ਇਹਦੇ ਇਹਦਾ ਪ੍ਰਾਈਸ ਜਿਹੜਾ ਹੈਗਾ 1700 ਰਹੇਗਾ ਇਹਦਾ 1700 ਠੀਕ ਆ ਕਿਉਂਕਿ ਥੋੜਾ ਕੱਪੜੇ ਦਾ ਫਰਕ ਹੋ ਜਾਂਦਾ ਪੈ ਜਾਂਦਾ ਕਈ ਕੱਪੜਾ ਹਨਾ ਥੋੜਾ ਅੱਗੇ ਆ ਜਾਓ ਆ ਯੈਲੋ ਕਲਰ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਵਾ ਘੇਰਾ ਬਣਿਆ ਹੋਇਆ ਵਾ ਤੇ ਇਹਦੀ ਵੀ ਸਲੀਵਸ ਹੋਣਗੀਆਂ ਸਲੀਵਸ ਜਾਂ ਜੋ ਵੀ ਹੈ ਤੁਸੀਂ ਉਹ ਆ ਸਲੀਵ ਹੈ ਆ ਸਲੀਵਸ ਨੇ ਸੋਹਣਾ ਸੂਟ ਹੈ ਇਹਦਾ ਪ੍ਰਾਈਸ ਦੀਦੀ ਇਹਦਾ ਪ੍ਰਾਈਸ ਹੋਈ 1500 1500 ਆ ਉਹਦੀ ਪ੍ਰਾਈਸ ਠੀਕ ਆ ਅੱਗੇ ਆ ਵਾਲਾ ਕਲਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੀਚੇ ਘੇਰਾ ਬਣਿਆ ਹੋਇਆ ਵਾ ਹਨਾ ਬਹੁਤ ਸੋਹਣਾ ਪ੍ਰਾਈਸ ਹੈ ਇਹਦੀਆਂ ਵੀ ਹੋਣਗੀਆਂ ਸਲੀਵਸ ਇਹਦਾ ਪ੍ਰਾਈਸ ਦੀਦੀ ਇਹਦਾ 1600 ਇਹ ਵੀ 1600 ਦਾ ਬਈ ਅੱਗੇ ਆ ਜਾਓ ਗ੍ਰੀਨ ਕਲਰ ਦਾ ਸੂਟ ਆਹ ਮੈਨੂੰ ਸੋਹਣਾ ਲੱਗਿਆ ਵਾ ਮੈਨੂੰ ਪਰਸਨਲੀ ਬੜਾ ਸੋਹਣਾ ਲੱਗਿਆ ਵਾਲਾ ਕਲਰ ਮਤਲਬ ਇਹਦੀ ਤੇ ਜਿਹੜੀ ਕਢਾਈ ਕੀਤੀ ਹੋਈ ਨਾ ਮੈਨੂੰ ਆਹ ਬਹੁਤ ਸੋਹਣੀ ਲੱਗੀ ਆ ਮਤਲਬ ਸਿੰਪਲ ਸੋਬਰ ਜੀ ਕਢਾਈ ਹੈ ਸਿੰਪਲ ਸੋਬਰ ਜੀ ਕਢਾਈ ਹੈ ਹਾਂ ਮਤਲਬ ਇਹਦਾ ਪ੍ਰਾਈਸ ਦੀਦੀ ਇਹਦਾ ਪ੍ਰਾਈਸ ਹੋਈ 1600 ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਸੂਟ ਹੈ ਨੈਕਸਟ ਆ ਜੋ ਅੱਗੇ ਨੈਕਸਟ ਆ ਵਾਲਾ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਤੇ ਇਹਦੀ ਕਢਾਈ ਵੀ ਬਹੁਤ ਸੋਹਣੀ ਕੀਤੀ ਹੋਈ ਆ ਸੋਹਣਾ
ਨੈਕਸਟ ਅੱਗੇ ਆ ਜਾਓ ਆਹ ਵਾਲਾ ਸੂਟ, ਇਹ ਵੀ ਮੈਨੂੰ ਬਹੁਤ ਸੋਹਣਾ ਲੱਗਾ ਕਿਉਂਕਿ ਇਹਦਾ ਗਲਾ ਆ ਜਿਹੜਾ ਗਲਾ ਨੈਕ ਬਣੀ ਹੋਈ ਉਹ ਮੈਨੂੰ ਬਹੁਤ ਸੋਹਣੀ ਲੱਗੀ ਹੈ ਚੀਜ਼। ਅਤੇ ਹਾਂ ਨੈਕ ਵਾ ਅਤੇ ਨੀਚੇ ਆ ਪੂਰਾ ਬਣੇ ਹੋਏ ਜਿਵੇਂ ਵਿੱਚ ਵਿੱਚ ਫਲਾਰਸ ਹੈ ਨਾ, ਇਹ ਆ ਦੇਖੋ ਬਈ ਠੀਕ ਆ। ਅਤੇ ਇਹਦੀ ਵੀ ਇੱਦਾਂ ਹੀ ਆ ਸਲੀਵਸ ਆ ਜਾਂ ਬੋਟਮ ਆ ਕੁਛ ਵੀ ਤੁਸੀਂ ਆਪਣੇ ਅਕੋਰਡਿੰਗ। ਇਹਦਾ ਪ੍ਰਾਈਸ ਦੀਦੀ? ਇਹਦਾ ਵੀ ਉਹੀ 1600 ਰਹੇਗਾ। 1600 ਠੀਕ ਆ। ਨੈਕਸਟ ਆ ਜਾਓ ਬਈ ਆ ਹੁਣ, ਮਤਲਬ ਇਹਨਾਂ ਦੇ ਪ੍ਰਾਈਸ ਇੱਦਾਂ ਰੱਖਿਓ ਇਹਨਾਂ ਕਿ ਹਰ ਇੱਕ ਦੀ ਰੇਂਜ ਵਿੱਚ ਚਲੇ ਜਾਣ, ਇਹ ਨਹੀਂ ਕਿ ਕੋਈ ਤਰਸਦਾ ਰਹਿੰਦੇ ਨੇ ਮੇਰੀ ਭੈਣਾਂ ਕਿ ਕਢਾਈਆਂ ਵਾਲੇ ਨਹੀਂ ਸੂਟ। ਪਾਉਂਦੇ ਹਾਂ ਹਾਂ ਬਈ ਕਢਾਈ ਵਾਲੇ ਸੂਟ ਜਿਹੜੇ ਕਢਾਈ ਕਢਵਾਉਣ ਜਾਂਦੀਆਂ ਨੇ ਉਹ 1500-1500 1600 ਤੋਂ ਕਢਾਈ ਥੱਲੇ ਨਹੀਂ ਦਿੰਦੀਆਂ, ਤੇ ਆਪਾਂ ਕੱਪੜੇ ਸਣੇ ਜਿਹੜੇ ਹੈਗੇ ਆ 1600-1700 ਚ ਦੇ ਰਹੇ ਆ ਕਢਾਈਆਂ। ਸਹੀ ਗੱਲ ਆ ਬਿਲਕੁਲ ਦੀਦੀ ਦੀ, ਸਹੀ ਗੱਲ ਲੱਗੀ ਮੈਨੂੰ ਕਿ ਕਈ ਭੈਣਾਂ ਬੁਟੀਕ ਤੇ ਜਾਂ ਮੰਨ ਲਓ ਕਢਾਈ ਵਾਲਿਆਂ ਕੋਲ ਜਾਂਦੀਆਂ ਹੀ ਨਹੀਂ ਇਸੇ ਕਰਕੇ ਕਿਉਂਕਿ ਉਹ ਸੂਟ ਮਹਿੰਗਾ ਪੈ ਜਾਂਦਾ ਵਾ, ਪਰ ਇਹ ਕੱਪੜਾ ਵਿਦ ਕਢਾਈ ਦੇ ਨਾਲ ਤੁਹਾਨੂੰ ਆਪਾਂ ਰੇਂਜ ਦੱਸ ਰਹੇ ਹਾਂ ਵੀ ਇਹ ਸੂਟ ਇੰਨੇ ਦਾ ਵਾ। ਆ ਵੀ ਕਲਰ ਬਹੁਤ ਸੋਹਣਾ, ਇਹਦਾ ਪ੍ਰਾਈਸ ਦੀਦੀ? ਇਹਦਾ ਪ੍ਰਾਈਸ ਵੀ ਹੋਈ 1600। 1600 ਆ, ਬਹੁਤ ਸੋਹਣਾ ਕਲਰ ਆ, ਕੰਟਰਾਸਟ ਇਹਦਾ। ਇਹਦੀ ਵੀ ਸਲੀਵ ਹੋਣਗੀ? ਹਾਂ ਇਹਦੀਆਂ ਸਲੀਵਸ ਹੈਗੀਆਂ ਇੱਧਰ, ਆ ਆ ਜੀ ਇਹਦੀਆਂ ਸਲੀਵਸ ਅੰਦਰ ਮਤਲਬ ਫੋਲਡ। ਹਾਂ ਆ ਜੀ ਹਾਂ ਦੇਖੋ ਬਹੁਤ ਸੋਹਣਾ ਸੂਟ ਹੈ ਵੀ। ਨੈਕਸਟ ਆ ਜਾਓ ਅੱਗੇ, ਇਹਦਾ ਇਹ ਘੇਰੇ ਘੇਰੇ ਬਣਿਆ ਹੋਇਆ ਪੂਰਾ ਨੀਚੇ ਹੈ ਨਾ ਫਲਾਰਸ ਦਾ। ਤੇ ਇਹਦੇ ਵੀ ਹੋ ਗਈ ਹੈ ਨਾ ਉੱਥੇ? ਹਾਂ ਇਹਦੇ ਵੀ ਸਾਰੀਆਂ ਦੀਆਂ ਠੀਕ ਆ, ਸਲੀਵ ਐਦਾਂ ਡਿਜ਼ਾਈਨ ਕੀਤੀਆਂ ਨੇ ਕਿ ਚਾਹੇ ਤੁਸੀਂ ਉਹਨੂੰ ਬਾਟਮ ਤੇ ਲਿਆਓ ਭਾਵੇਂ ਉਹਦੀ ਸਲੀਵ ਤੁਸੀਂ ਬਣਾ ਲਓ, ਉਹ ਤੁਹਾਡੀ ਚੋਇਸ ਹੈ। ਬਿਲਕੁਲ। ਇਹਦਾ ਪ੍ਰਾਈਸ ਦੀਦੀ? ਇਹ ਵੀ ਉਹੀ 1700-1700 ਦੀ ਰੇਂਜ ਵਿੱਚ ਹੈ। 1700 ਦੀ ਰੇਂਜ? ਹਾਂਜੀ ਠੀਕ ਆ, ਬਹੁਤ ਸੋਹਣਾ ਸੂਟ ਹੈ। ਨੈਕਸਟ ਆ ਵੀ ਬੜਾ ਸੋਹਣਾ, ਲਾਈਟ ਜਿਹਾ ਕਲਰ ਆ ਔਰ ਇਹਦੀ ਕਢਾਈ ਬੜੀ ਸੋਹਣੀ ਹੈ ਨੀਚੇ ਨਾ। ਹਾਂ ਆ ਜਾਲੀ ਜੀ ਵਾਲੀ ਜਿਹੜੀ ਹੈ ਬਣੀ ਹੋਈ ਹੈ, ਇਹ ਚੀਜ਼ ਮੈਨੂੰ ਅੱਛੀ ਲੱਗੀ ਆ ਜਾਲੀ ਬਣੀ ਹੋਈ ਜਿਹੜੀ ਨਾ। ਬਹੁਤ ਸੋਹਣਾ ਹੈ, ਸਹੀ ਗੱਲ ਆ, ਆਫੀਸਰ ਕਲਾਸ ਸੂਟ ਹੈ, ਬਹੁਤ ਸੋਹਣਾ ਕਿਉਂਕਿ ਲਾਈਟ ਕਲਰ ਆ ਗਰਮੀਆਂ ਵਿੱਚ ਜਿਵੇਂ ਪਾਈਦਾ ਆਪਾਂ ਹਨਾ। ਇਹਦਾ ਪ੍ਰਾਈਸ ਕੀ ਹੈ? 1700 ਦਾ। ਇਹ 1700 ਦਾ ਵਾ ਕਿਉਂਕਿ ਇਹਦੀ ਆ ਜਿਹੜੀ ਜਾਲੀ ਵਾਲੀ ਕਢਾਈ ਮੈਨੂੰ ਬਹੁਤ ਸੋਹਣੀ ਲੱਗੀ ਆ। ਠੀਕ ਆ, ਨੈਕਸਟ ਆ ਜਾਓ ਦੀਦੀ। ਇਹ ਵੀ ਗਲਾ ਬਣਿਆ ਹੋਇਆ ਵਾ ਅਤੇ ਇੱਦਾਂ ਨੀਚੇ ਨੂੰ ਇੱਦਾਂ ਲੰਬੀਆਂ ਲੰਬੀਆਂ ਵੇਲਾਂ ਜਾ ਰਹੀਆਂ ਔਰ ਸਾਈਡਾਂ 'ਤੇ ਛੋਟੀਆਂ ਛੋਟੀਆਂ ਬੂਟੀਆਂ ਨੇ। ਇਹ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਕੰਟਰਾਸਟ ਸੂਟ ਆ, ਇਹਦਾ ਪ੍ਰਾਈਸ ਵੀ ਦੱਸ ਦਿਓ। ਇਹ ਵੀ 1600 'ਚ ਹੈ? ਇਹ ਵੀ 1600 ਦੇ। ਜਿੰਨੇ ਵੀ ਤੁਹਾਨੂੰ ਆਪਾਂ ਸੂਟ ਦਿਖਾ ਰਹੇ ਹਾਂ ਸਾਰੇ ਇੱਕ ਨੋਰਮਲ ਰੇਂਜ, ਮਤਲਬ 2000 ਤੋਂ ਉੱਪਰ ਕੋਈ ਵੀ ਸੂਟ ਨਹੀਂ ਗਿਆ, 1600-1700। ਅਗਲਾ ਸੂਟ ਹੈ ਇਹ ਵੀ ਗ੍ਰੀਨ ਕਲਰ 'ਚ ਆ, ਇੱਦਾਂ ਇਹਦੀ ਕਢਾਈ ਬਣੀ ਹੋਈ ਆ ਉੱਪਰੋਂ ਲੈ ਕੇ ਨੀਚੇ ਤੱਕ, ਬਹੁਤ ਸੋਹਣਾ ਵਾ। ਇਹ ਮੈਨੂੰ ਲੱਗਦਾ ਮਿਡ 'ਚ ਆ ਕੇ ਹੈ ਹੀ ਇਵੇਂ ਦਾ। ਅੱਛਾ ਮਤਲਬ ਹੈ ਸੈਂਟਰ ਦੇ ਵਿੱਚ? ਸੈਂਟਰ ਦੇ ਵਿੱਚ ਠੀਕ ਆ, ਨੀਚੇ ਆ ਵਾਲਾ ਪੋਰਸ਼ਨ ਵੀ ਮੈਨੂੰ ਦਿਖਿਆ ਨਹੀਂ ਇਹ ਵਾਲਾ। ਇਹ ਵੀ ਬਹੁਤ ਸੋਹਣਾ ਸੂਟ ਆ ਅਤੇ ਇਹਦਾ ਪ੍ਰਾਈਸ ਸੇਮ? ਇਹ 1500 ਦਾ। ਇਹ 1500 ਦਾ ਵਾ ਕਿਉਂਕਿ ਇਹਦਾ ਮੈਨੂੰ ਲੱਗਦਾ ਸ਼ਾਇਦ ਕਢਾਈ ਦਾ ਕੁਛ ਹੋਊਗਾ ਥੋੜਾ। ਨਹੀਂ ਕਢਾਈ ਦਾ ਨਹੀਂ, ਇਹ ਐਕਚੁਅਲੀ ਪਹਿਲਾਂ ਜਿਹੜੇ ਮੈਂ ਸਟੱਫ ਲਿਆਉਂਦੇ ਸੀ ਨਾ ਸਟਾਰਟਿੰਗ ਵਿੱਚ, ਓਕੇ, ਉਹ ਮੈਨੂੰ ਸਟੱਫ ਸਸਤੇ ਮਿਲਿਆ, ਹੁਣ ਇਹ ਸਟੱਫ ਮੈਨੂੰ ਥੋੜੇ ਕੋਸਟਲੀ ਪੈ ਰਿਹਾ। ਓਕੇ ਓਕੇ ਠੀਕ ਆ, ਇਹ 1500 ਦਾ ਸੂਟ ਆ ਬਈ, ਬਹੁਤ ਸੋਹਣਾ ਇਹ ਵੀ। ਅੱਗੇ ਆ ਜਾਓ, ਨੈਕਸਟ ਕਲਰ। ਅੱਛਾ ਇਹ ਘੇਰਾ ਵਾ ਦੀਦੀ? ਹਾਂਜੀ ਇਹ ਘੇਰਾ ਵਾ, ਘੇਰਾ ਬਣਿਆ ਹੋਇਆ ਬਈ, ਇਦਾਂ ਦੇਖ ਲਓ ਤੁਸੀਂ, ਬਹੁਤ ਸੋਹਣਾ ਘੇਰਾ ਵਾ। ਤੇ ਇਹਦੇ ਨਾਲ ਵੀ ਬਾਵਾਂ ਹੈਗੀਆਂ? ਬਾਵਾਂ ਹੈਗੀਆਂ ਜੀ, ਬਾਵਾਂ ਸਭ ਨਾਲ ਹੀ ਹੋਣਗੀਆਂ। ਆ ਦੇਖੋ ਇਹਦੇ ਨਾਲ ਵੀ ਬਾਵਾਂ ਹੈਗੀਆਂ। ਬਸ ਇਹ ਹੈ ਨਾ ਕਿ ਤੁਸੀਂ ਇਹਨੂੰ ਇਹ ਇਸ ਹਿਸਾਬ ਨਾਲ ਤਿਆਰ ਕੀਤੀ ਜਾਂਦੀ ਹੈ ਜਿੱਦਾਂ ਮਰਜ਼ੀ ਆਪਣੇ ਬੁਟੀਕ ਤੋਂ ਡਿਜ਼ਾਈਨ ਕਰਵਾ ਸਕਦੇ ਹੋ। ਬਿਲਕੁਲ ਸਹੀ ਗੱਲ ਆ, ਬਹੁਤ ਸੋਹਣਾ ਸੂਟ ਹੈ। ਇਹਦਾ ਪ੍ਰਾਈਸ ਦੀਦੀ? ਇਹਦਾ ਪ੍ਰਾਈਸ ਹੋਈ 1700। ਇਹ 1700 ਦਾ ਵਾ, ਬਹੁਤ ਸੋਹਣਾ ਸੂਟ ਹੈ ਵੀ। ਸੂਟ ਸਾਰੇ ਸੋਹਣੇ ਆ ਦੀਦੀ ਦੇ, ਮੈਂ ਐਵੇਂ ਝੂਠ ਨਹੀਂ ਬੋਲਦੀ, ਵਧੀਆ ਨੇ ਸੂਟ ਸਾਰੇ। ਆ ਦੇਖੋ ਅੱਗੇ ਆ ਜਾਓ, ਅੱਗੇ ਮਹਿਰੂਨ ਕਲਰ। ਮਤਲਬ ਹੁਣ ਅੱਗੇ ਸਰਦੀਆਂ ਦੇ ਵਿੱਚ ਜਿਵੇਂ ਇਹ ਡਾਰਕ ਕਲਰ ਸੋਹਣੇ ਲੱਗਣਗੇ ਹੈ ਨਾ, ਖਿਲੇ ਖਿਲੇ ਲੱਗਦੇ ਸਰਦੀਆਂ ਜਿਵੇਂ ਆ ਰਹੀਆਂ ਨੇ। ਇਹ ਵੀ ਬਹੁਤ ਸੋਹਣਾ ਮਿਰਰ ਵਰਕ ਕੀਤਾ ਹੋਇਆ ਗਲਾ, ਨੀਚੇ ਨੀਚੇ ਤੱਕ ਆ ਲੰਬੀਆਂ ਵੇਲਾਂ ਨੇ, ਲੰਬੀਆਂ ਵੇਲਾਂ। ਇਹ ਮਤਲਬ ਕੋਈ ਵੀ ਆਪਣਾ ਸਾਈਜ਼ ਵਧਾ ਸਕਦਾ, ਸਾਈਜ਼ ਵਧਾ ਸਕਦਾ। ਸਹੀ ਗੱਲ, ਮੈਨੂੰ ਇਹਦਾ ਤਿਆਰ ਕਰਾਇਆ ਜਾਂਦਾ।
ਇਹਦੀਆਂ ਵੀ ਸਲੀਵ ਤਿਆਰ ਹੋਣਗੀਆਂ ਵਿੱਚ। ਓਕੇ ਇਹਦੀਆਂ ਵੀ ਸਲੀਵ, ਠੀਕ ਆ, ਬਹੁਤ ਸੋਹਣਾ ਇਹ ਸੂਟ ਆ। ਇਹਦਾ ਸੇਮ ਪ੍ਰਾਈਸ? ਉਹੀ ਸੇਮ ਹੋਣ ਜੀ, ਸੇਮ ਇਹ ਉਹੀ 1600 ਪ੍ਰਾਈਸ ਇਹਦਾ। ਠੀਕ ਆ, ਨੈਕਸਟ ਆ ਗਏ ਇਹ ਘੇਰਾ ਵਾਲੀ ਦੀ, ਇਹ ਬਾਵਾਂ ਨੇ, ਇਹ ਬਾਵਾਂ ਨੇ ਮਿਲਦਾ, ਬਾਵਾਂ ਆ ਗਈਆਂ, ਆਪੋ ਆਪੋਜ਼ਿਟ ਲਗਾਤਾ ਨਾ। ਇਹ ਆ ਦੇਖੋ ਐਦਾਂ ਦੇ ਆ ਤੇ ਓਕੇ, ਹਾਂ ਆ ਰਹੀ ਕਢਾਈ, ਬਹੁਤ ਸੋਹਣੀ ਕਢਾਈ ਇਹਦੀ ਵੀ, ਹੈ ਨਾ। ਠੀਕ ਆ, ਹਾਂ ਵੇਖੋ ਬਈ ਸਾਈਡਾਂ ਦੇ ਆਹ ਜਿਹੜਾ ਦੂਸਰਾ ਕਲਰ ਦਿੱਤਾ ਹੋਇਆ ਵਾ, ਔਰ ਸੈਂਟਰ ਵਿੱਚ ਬਲੂ ਕਲਰ ਦਿੱਤਾ ਹੋਇਆ, ਮਤਲਬ ਜਿਹੜਾ ਕਲਰ ਕੰਟਰਾਸਟ ਨੇ ਬੜੇ ਸੋਹਣੇ ਬਣਾਏ ਹੋਏ ਨੇ, ਹੈ ਨਾ, ਧਾਗਾ ਲਾ ਕੇ। ਮਤਲਬ ਇਹਦੇ ਨਾਲ ਸੱਤੋਂ ਚਿਨੋਨ ਦਾ ਦੁਪੱਟਾ ਕਿਸੇ ਨੇ ਤਿਆਰ ਕਰਵਾਇਆ ਸੀ, ਆ ਜਿੰਨੇ ਵੀ ਕਲਰ ਨੇ ਨਾ ਸਾਰਿਆਂ ਨੇ ਦੁਪੱਟੇ ਵਿੱਚ ਪਾਏ ਸੀ, ਔਰ ਦੁਪੱਟਾ ਬਹੁਤ ਸੋਹਣਾ ਬਣਿਆ ਸੀ ਨਹੀਂ। ਹਾਂ ਸਹੀ ਗੱਲ ਆ, ਉਹ ਕਲਰ ਬਹੁਤ ਸੋਹਣਾ ਲੱਗਦਾ, ਟਾਈ ਐਂਡ ਡਾਈ ਜਿਵੇਂ ਸਾਰੇ ਕਲਰ ਮਿਕਸ ਕਰ ਲੈਂਦੇ ਆ। ਇਹਦਾ ਪ੍ਰਾਈਸ ਕੀ ਆ? ਇਹ ਵੀ ਉਹੀ 1700 ਦਾ। ਇਹ ਜਿਹੜੇ ਜਿੰਨੇ ਵੀ ਸੂਟ ਦਿਖਾਏ ਆਪਾਂ ਤੁਹਾਨੂੰ 1600 1700, ਸਿਰਫ ਜਿਹੜਾ ਸਟਾਰਟਿੰਗ 'ਚ ਤੁਹਾਨੂੰ ਟਿਸ਼ੂ ਵਾਲੇ ਸੂਟ ਦਿਖਾਏ ਸੀ, ਜਿਹੜੇ 3 ਪੀਸ ਸੀ ਟਿਸ਼ੂ ਦੇ, ਉਹ 2400 ਦਾ ਸੂਟ ਆ, ਬਾਕੀ ਸਾਰੇ ਜਿਹੜੇ 1600 1700 1500 ਇਹ ਵਾਲੀ ਰੇਂਜ ਦੇ ਸੂਟ ਸੀ। ਨੈਕਸਟ ਦੀਦੀ ਨੇ ਆ ਕੁਛ ਹੋਰ ਵੀ ਤਿਆਰ ਕਰਵਾਇਆ, ਵੀ ਦਿਖਾਉਂਦੇ ਨੇ ਦੀਦੀ। ਇਹ ਮਤਲਬ ਕਿਸੇ ਦਾ ਆਰਡਰ ਆਇਆ ਹੋਇਆ ਸੀ, ਆਪਾਂ ਉਹਨਾਂ ਦੇ ਆਰਡਰ ਦੇ ਉੱਤੇ ਹੀ ਤਿਆਰ ਕਰਵਾਇਆ ਸੀ। ਅੱਛਾ, ਦੇਖੋ ਆ ਪਲਾਜ਼ੋ ਨੇ, ਓਕੇ ਵਾਈਟ ਪਲਾਜ਼ੋ ਆ, ਤੇ ਇਹ ਜਿੱਦਾਂ ਨੀਚੇ ਕਿਸੇ ਨੇ ਮਤਲਬ ਇੱਦਾਂ ਆਪਣਾ ਡਿਜ਼ਾਈਨ ਜਿਹਾ ਪਵਾ ਕੇ ਵਿੱਚ ਨੈੱਟ ਲਾਈ ਹੋਈ ਆ, ਤੇ ਇੱਦਾਂ ਜੁਆਇੰਟ ਜਿਵੇਂ ਕਰਕੇ ਬਣਾਇਆ ਹੋਇਆ ਵਾ। ਦੀਦੀ ਨੇ ਇਹਦੇ ਨਾਲ ਦੀਆਂ ਸ਼ਰਟਾਂ ਤਿਆਰ ਕੀਤੀਆਂ ਹੋਈਆਂ, ਤੇ ਸ਼ਰਟ ਦੇ ਉੱਪਰ ਵੀ ਸੇਮ ਇਦਾਂ ਹੀ ਹੋਇਆ ਪਲਾਜ਼ੋ, ਜਿੱਦਾਂ ਆ ਤਾਂ ਚਲੋ ਮੈਂ ਇੱਕ ਰਫ ਰੱਖਿਆ ਨਾ। ਅੱਛਾ ਠੀਕ ਹੈ, ਤਿਆਰ ਹੋਇਆ ਜਿਹੜਾ, ਤੇ ਜਿਹੜਾ ਤਿਆਰ ਹੋਇਆ ਤਿਆਰ ਹੋ ਕੇ ਤੁਹਾਨੂੰ ਇਦਾਂ ਦਾ ਦੇਖਣ 'ਚ ਲੱਗੂਗਾ, ਬਹੁਤ ਸੋਹਣਾ ਵਾ। ਦੀਦੀ ਇਹਦੇ ਨਾਲ ਜਿਵੇਂ ਮੰਨ ਲਓ ਸ਼ਰਟ ਆ ਕੋਈ ਜਾਂ, ਹਾਂ ਸ਼ਰਟ ਵੀ ਤਿਆਰ ਕਰਵਾਈ ਹੈ। ਅੱਛਾ, ਦੇਖ ਸਕਦੇ ਹੋ ਇਹਦੇ ਨਾਲ ਆ ਸ਼ਰਟ ਵੀ ਤਿਆਰ ਹੋਈ ਹੈ, ਸ਼ਰਟ ਦੇ ਉੱਤੇ ਵੀ ਆ ਕਰਵਾਇਆ ਹੈ ਤਿਆਰ, ਆ ਦੇਖੋ। ਓਕੇ ਇਦਾਂ ਸ਼ਰਟ ਆ, ਇਹ ਫਰੰਟ ਆ, ਫਰੰਟ ਤੇ ਲੱਗਾ ਹੈ ਨਾ, ਫਰੰਟ ਤੇ ਲੱਗੀ ਹੋਈ ਹੈ। ਹਾਂ ਮਤਲਬ ਐ ਕਿ ਬਾਹਾਂ ਦੇ ਉੱਤੇ ਵੀ ਆਪਾਂ ਕਟ ਵਰਕ ਦੇ ਦਿੱਤਾ ਆ ਦੇਖੋ, ਸੇਮ ਜਿਵੇਂ ਨੈਟ ਦਾ ਆਪਾਂ ਪਲਾਜ਼ੋ ਤੇ ਰੱਖਿਆ ਹੋਇਆ ਵਾ, ਉਦਾਂ ਹੀ ਅਸੀਂ ਸ਼ਰਟ ਦੇ ਉੱਤੇ ਰੱਖਿਆ ਹੈ ਡਿਜ਼ਾਈਨ, ਕਿਉਂਕਿ ਦੀਦੀ ਦੇ ਕਾਫੀ ਇਦਾਂ ਦੇ ਪੀਸ ਸੇਲ ਹੋਏ ਹੋਏ ਨੇ ਜਿਹੜੇ ਆ ਵਾਈਟ ਪਲਾਜ਼ੋ ਵਾਲੇ ਨਾ, ਬਾਹਰ ਵੀ ਗਏ ਨੇ ਦੀਦੀ ਦੇ ਸੂਟ। ਨਹੀਂ ਇਹਦੇ ਨਾਲ ਕਿਉਂਕਿ ਇਹ ਤਾਂ ਪਲਾਜ਼ੋ ਜਿਹੜੇ ਕਿਸੇ ਦੇ ਆਰਡਰ ਆਏ ਹੋਏ ਸੀਗੇ, ਤੇ ਫਿਰ ਉਹਨਾਂ ਨਾਲੇ ਸ਼ਰਟ ਵੀ ਇਦਾਂ ਅਸੀਂ ਤਿਆਰ ਕਰਵਾਈਆਂ ਸੀ, ਫਿਰ ਮੈਂ ਆਪਣੇ ਲਈ ਕੋਲ ਸੈਂਪਲ ਰੱਖ ਲਏ ਸੀਗੇ, ਕਿਉਂਕਿ ਆਪਣੇ ਹੁਣ ਵਿਊਅਰਸ ਨੂੰ ਵੀ ਦਿਖਾਣੇ ਹੁੰਦੇ ਆ। ਬਿਲਕੁਲ ਸਹੀ ਗੱਲ ਆ, ਨਹੀਂ ਤਾਂ ਫਿਰ ਜਿਹੜਾ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਦਾ ਤਾਂ ਚੱਲ ਹੀ ਜਾਣਾ ਵਾ, ਤੇ ਕਈ ਵਾਰੀ ਦੀਦੀ ਮਤਲਬ ਸੋਰੀ ਕਈ ਵਾਰੀ ਦੀਦੀ ਮਤਲਬ ਭੁੱਲ ਹੀ ਜਾਂਦੇ ਜਿਹੜੇ ਆਰਡਰ ਆਏ ਹੁੰਦੇ ਨੇ ਚੱਲ ਜਾਂਦੇ, ਤੇ ਅਸੀਂ ਦੀਦੀ ਨੂੰ ਕਿਹਾ ਜਿਹੜੇ ਤੁਸੀਂ ਆਰਡਰ ਤਿਆਰ ਕਰਦੇ ਹੋ ਉਹ ਵੀ ਤੁਸੀਂ ਸੂਟ ਦਿਖਾਇਆ ਕਰੋ ਕਿ ਤੁਸੀਂ ਕੀ ਮਤਲਬ ਵਰਕ ਕੀ ਕਰਵਾਇਆ ਬੇਸਿਕਲੀ, ਹੈ ਨਾ। ਤੇ ਦੀਦੀ ਕੋਲ ਫਿਰ ਟਾਈਮ ਨਹੀਂ ਲੱਗਦਾ ਜਿਹਦੇ ਕਰਕੇ ਇੱਦਾਂ, ਹੁਣ ਵੀ ਦੀਦੀ ਕੋਲ ਬਲਕ 'ਚ ਸਮਾਨ ਪਿਆ ਜਿਹੜਾ ਆਰਡਰ ਬਾਹਰ ਜਾਣਾ ਵਾ, ਜਿਹੜੇ ਰੈਡੀ ਨਹੀਂ ਮਤਲਬ ਸਟਿਚ ਕੀਤੇ ਹੋਏ ਸੂਟ ਨੇ ਉਹਨਾਂ ਵਿੱਚੋਂ ਸ਼ਾਇਦ ਮਿਲ ਲੱਗਦਾ, ਜਿਵੇਂ ਆਹ ਹੋਣਗੇ ਬਲੈਕ ਸੂਟ ਆ ਜਿਹੜਾ ਵਾਲਾ, ਉਧਰ ਬੈਗ ਵੀ ਪਿਆ, ਉਧਰ ਵੀ ਬੈਗ ਪਿਆ। ਆ ਮੈਂ ਲੈ ਕੇ ਆਈ ਅੰਦਰੋਂ ਸਪੈਸ਼ਲ ਚਾ ਕੇ, ਅਜੇ ਹੋਰ ਇੱਕ ਥੈਲਾ ਲਿਫਾਫਾ ਵਾ, ਬਟ ਉਹੀ ਹੈ ਨਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ, ਜਿਹਦੇ ਕਰਕੇ ਆਪਾਂ ਤੁਹਾਨੂੰ ਇੰਨੇ ਕੀ ਦਿਖਾਉਂਦੇ ਆ। ਹਾਂ ਇਹ ਸਟਿਚ ਹੋਏ ਨੇ ਜਿਹੜੇ ਮਤਲਬ ਜਿਹਨਾਂ ਦੇ ਕੋਰੀਅਰ ਹੋਣੇ ਨੇ, ਕੁਝ ਇਸ ਸਟਿਚ ਕੀਤੇ ਸੂਟ ਆ, ਜਿਵੇਂ ਆ ਵੇਖੋ ਕਿਸੇ ਨੇ ਆਪਣੇ ਅਕੋਰਡਿੰਗ, ਹੈ ਨਾ, ਟੇਲਰ ਨੇ ਡਿਜ਼ਾਈਨ ਪਾ ਕੇ ਤਿਆਰ ਕੀਤੇ ਹੋਏ ਨੇ, ਬਹੁਤ ਸੋਹਣੇ ਲੈਸਾਂ ਵਗੈਰਾ ਲਾ ਕੇ, ਹੈ ਨਾ, ਜਿਵੇਂ ਆ ਵੇਖੋ ਬਹੁਤ ਸੋਹਣੇ ਸੂਟ ਨੇ ਸਾਰੇ ਇਹਦੇ ਨਾਲ ਦੇ। ਦੀਦੀ ਕੋਲ ਕਾਫੀ ਸੂਟ ਨੇ ਜਿਹੜੇ ਆ, ਆ ਬਹੁਤ ਸੋਹਣਾ ਸੂਟ ਲੱਗਾ ਮੈਨੂੰ, ਆ ਵੇਖੋ ਪਰਪਲ ਕਲਰ ਦਾ ਵਾ ਨਾ। ਹਾਂ ਨਹੀਂ ਇਹ ਮੈਂ ਤੁਹਾਨੂੰ ਦਿਖਾਨੀ ਆ, ਇਹਦੀ ਸ਼ਰਟ ਅਜੇ ਫਿਨਿਸ਼ਿੰਗ ਹੋ ਰਹੀ ਹੈ ਉਸਦੀ, ਤੁਹਾਨੂੰ ਜਿਹੜਾ ਫਿਨਿਸ਼ਿੰਗ ਹੋ ਕੇ ਆ ਗਿਆ ਮੈਂ ਤੁਹਾਨੂੰ ਦਿਖਾਨੀ ਆ। ਠੀਕ ਆ, ਇਹ ਸ਼ਰਟ ਹੈ ਦੇਖੋ, ਔਰਗੈਂਜ਼ਾ ਦੀ ਸ਼ਰਟ ਹੈ, ਇਸ ਉੱਤੇ ਪ੍ਰੋਪਰ ਵਰਕ ਕਰਾਇਆ ਇਸ ਨੂੰ, ਮਤਲਬ ਬਾਹਾਂ ਤੇ ਆ ਵਰਕ, ਬਾਹਾਂ ਤੇ ਇਦਾਂ ਵਰਕ ਕੀਤਾ ਹੋਇਆ ਵਾ, ਜਿਹੜਾ ਨੀਚੇ ਕੱਟ ਵਰਕ ਦਿੱਤਾ ਹੋਇਆ, ਠੀਕ ਆ, ਔਰ ਉਹਦੇ ਨਾਲ ਪਲੇਨ ਬੋਟਮ ਆ,
ਤੇ ਬੋਟਮ ਤੇ ਆਪਾਂ ਆ ਜਿਹੜੇ ਪਹੁੰਚੇ ਆ ਇੱਥੇ ਵਰਕ ਕੀਤਾ ਹੋਇਆ ਵਾ, ਕਰੇਪ ਦੀ ਬੋਟਮ ਹੈ ਇਹ ਵੀ, ਕਰੇਪ ਦੀ ਬੋਟਮ, ਠੀਕ ਆ। ਤੇ ਔਰਗੈਂਜ਼ਾ ਦਾ ਦੁਪੱਟਾ ਵਾ ਤੇ ਉਹਦੇ ਵੀ ਕੱਟ ਵਰਕ ਕੀਤਾ ਹੋਇਆ, ਦੁਪੱਟੇ ਤੇ ਵੀ ਆਪਾਂ ਕੱਟ ਵਰਕ ਕਰਾਇਆ ਔਰ ਟਾਈ ਐਂਡ ਡਾਈ ਕਰਵਾਇਆ। ਦੇਖੋ ਦੁਪੱਟਾ ਵੀ, ਦੁਪੱਟਾ ਕਿੰਨਾ ਖੁੱਲਾ, ਹਾਂ ਬਹੁਤ ਸੋਹਣਾ ਦੁਪੱਟਾ ਵੀ ਆ, ਟਾਈ ਐਂਡ ਡਾਈ ਬੜਾ ਸੋਹਣਾ ਕੀਤਾ ਹੋਇਆ ਦੀਦੀ, ਹਨਾ ਵਧੀਆ। ਕਿਉਂਕਿ ਮੇਰਾ ਜਿਹੜੀ ਪੂਰੀ ਟੀਮ ਹੈ ਕਢਾਈਆਂ ਵਾਲਿਆਂ ਦੀ, ਹੈਂਡ ਵਰਕ ਵਾਲਿਆਂ ਦੀ, ਟੇਲਰਸ ਦੀ, ਜਿਹੜੀ ਬੋਟਮ ਸੀਨੇ ਉਹ ਵੱਖਰੇ ਹੈ, ਤੁਰਪਾਈਆਂ ਵਾਲੇ ਵੱਖਰੇ ਹੈ, ਡਾਇਰ ਹੈ ਇਹ ਵੀ ਵੱਖਰੇ ਹੈ, ਠੀਕ ਆ, ਡਾਇਰ ਵੀ ਮੇਰਾ ਆਪਣਾ ਹੈ। ਹਾਂ ਤੇ ਉਹ ਇਹਦੇ ਦੀਦੀ ਕਹਿੰਦੇ ਇਹਦੇ ਮਤਲਬ ਸ਼ਰਟਾਂ ਆਉਣੀਆਂ ਨੇ, ਸਲਵਾਰ ਨੇ ਜਿਵੇਂ, ਇਹ ਵੀ ਸੇਮ ਹੀ ਏਦਾਂ। ਹੁਣ ਆਹ ਸੂਟ ਹੈ ਜਿਵੇਂ ਕਿ ਤਿਆਰ ਹੋ ਕੇ ਆਇਆ, ਇਹਦਾ ਸੈਕਿੰਡ ਕਲਰ ਆ, ਇਹ ਵੀ ਬਹੁਤ ਸੋਹਣਾ ਵਾ, ਸੇਮ ਓਦਾਂ ਹੀ ਸ਼ਰਟ ਆ ਔਰ ਇਹਦਾ ਸਲਵਾਰ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਵਾ, ਇਹ ਵੀ ਬਹੁਤ ਸੋਹਣਾ। ਆਹ ਦੇਖੋ ਆਹ ਵੀ ਸਟਿਚ ਕੀਤਾ ਹੋਇਆ ਸੂਟ ਆ, ਕਿੰਨਾ ਸੋਹਣਾ ਸੂਟ ਆ ਦੇਖੋ, ਆਹ ਵੀ ਬਹੁਤ ਸੋਹਣਾ ਸੂਟ ਆ। ਇਹ ਸਾਰੇ ਦੀਦੀ ਦੇ ਮਤਲਬ ਆਰਡਰ ਤੇ ਜਾ ਰਹੇ ਆ ਸੂਟ, ਆਹ ਜਿਹੜਾ ਬਹੁਤ ਬਹੁਤ ਫੇਮਸ ਚੱਲ ਰਿਹਾ ਵਾਲਾ ਸੂਟ ਜਿਹੜਾ ਬਹੁਤ ਵਾਇਰਲ ਹੋਇਆ, ਇਹਦੇ ਨਾਲ ਲਾਈਟ ਕਲਰ ਦੀ ਸਲਵਾਰ ਆ ਤੇ ਇੱਕ ਸੂਟ ਜਿਹੜਾ, ਅੱਛਾ ਇਹ ਆਪਾਂ ਉਹ ਦਿਖਾਤਾ ਉਹਦੇ ਵਿੱਚ, ਹਾਂ ਇਹ ਤਾਂ ਇਦਾਂ ਹੈ ਨਾ ਸੂਟ ਮਤਲਬ ਇਦਾਂ, ਤੇ ਉਹ ਸਟਿਚਿੰਗ ਕਰਕੇ ਤਾਂ ਜਿੱਦਾਂ ਤਿਆਰ ਹੋਏ ਮੈਂ ਤੁਹਾਨੂੰ ਦਿਖਾਇਆ ਹੀ ਹੈ ਦੀਦੀ। ਇਹ ਵਾਲਾ ਦੁਪੱਟਾ ਜਿਹੜਾ ਥੱਲੇ ਬਲੈਕ ਸੂਟ ਹੋਇਆ, ਬਲੈਕ ਸੂਟ ਹੈ, ਹਾਂ ਆਪਾਂ ਇਹਨੂੰ ਸਾਈਡ ਤੇ ਕਰਦੇ ਹਾਂ, ਦੋ ਮਿੰਟ ਮੈਂ ਬਲੈਕ ਸੂਟ ਦਾ ਖਾਣਾ। ਇਹ ਸਾਰੇ ਸਟਿਚ ਕੀਤੇ ਹੋਏ ਸੂਟ ਨੇ, ਹੋਰ ਵੀ ਹੈਗੇ ਨੇ, ਬਟ ਉਹੀ ਹੈ ਨਾ ਵੀ ਉਹ ਹੁਣ ਜਿਹੜੇ ਸਾਰੇ ਰੈਡੀ ਨੇ, ਇਹਨਾਂ ਮਤਲਬ ਫਿਰ ਇਦਾਂ ਵੀਡੀਓ ਲੰਬੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਾਂ ਨਹੀਂ ਬਣਾ ਪਾਉਂਦੇ ਕਈ ਵਾਰੀ। ਆਹ ਜਿਹੜਾ ਬਲੈਕ ਸੂਟ ਹੈ ਇਹਦੇ ਬਾਹਾਂ ਤੇ ਕਢਾਈ ਆ, ਬਾਹਾਂ ਦੇ ਉੱਤੇ ਕਢਾਈ ਆ ਤੇ ਨਾਲ ਜਿਹੜੀ ਬੋਟਮ ਆ, ਬੋਟਮ ਦੇ ਉੱਪਰ ਇਦਾਂ ਕਢਾਈ ਆ, ਬਹੁਤ ਸੋਹਣਾ ਸੂਟ ਹੈ, ਕਰੇਪ ਦੇ ਉੱਤੇ ਬਣਿਆ ਹੋਇਆ, ਨੈਚੁਰਲ ਕਰੇਪ ਤੇ, ਹਨਾ ਨਾਲ ਆ ਦੁਪੱਟਾ ਇਹਦੇ, ਨਾਲ ਦੀਦੀ ਨੇ ਆ ਦੁਪੱਟਾ ਤਿਆਰ ਕਰਵਾਇਆ ਟਾਈ ਐਂਡ ਡਾਈ ਵਾਲਾ, ਬਹੁਤ ਸੋਹਣਾ ਸੂਟ ਆ ਨਾਲ ਇਸ ਤੇ। ਇਹ ਕਿੰਨੇ ਦਾ ਸੂਟ ਦੀਦੀ ਤਿਆਰ ਹੋਇਆ ਤੁਹਾਡਾ? ਇਹ ਜਿਹੜਾ ਸੂਟ ਤਿਆਰ ਹੋਇਆ ਹੈ 3200 ਦਾ ਵਿਦ ਦੁਪੱਟੇ ਨਾਲ ਤਿਆਰ ਹੋਇਆ ਸੂਟ, ਕਿਉਂਕਿ ਇਹਦਾ ਜਿਹੜਾ ਵਰਕ ਆ ਨਾ ਉਹ ਜ਼ਿਆਦਾ ਵਾ ਸਲਵਾਰ ਦੇ ਉੱਪਰ ਵੀ ਤੇ ਸ਼ਰਟ ਦੇ ਤੇ, ਚਲੋ ਬਾਹਾਂ ਦੇ ਜ਼ਿਆਦਾ ਹੈਵੀ ਵਰਕ ਇਹਦੇ ਤੇ ਹੀ ਆ, ਬੋਟਮ ਤੇ ਹੀ ਆ, ਬੋਟਮ ਤੇ ਵਰਕ ਆ। ਤੁਸੀਂ ਸਾਰਿਆਂ ਨੇ ਹੁਣ ਸੂਟ ਦੇਖ ਹੀ ਲਿਆ, ਮੈਨੂੰ ਵੀ ਬੜੇ ਪਰਸਨਲੀ ਸੋਹਣਾ ਲੱਗੇ, ਮੈਨੂੰ ਟਿਸ਼ੂ ਵਾਲਾ ਵੀ ਬਹੁਤ ਸੋਹਣਾ ਲੱਗਾ ਵਾ ਤੇ ਮੈਂ ਖੁਦ ਵੀ ਵੇਅਰ ਕੀਤਾ ਹੋਇਆ ਵੈਸੇ ਸਿਗਨੋਰਾ ਕਲਚਰ ਦਾ, ਤੁਹਾਨੂੰ ਦਿਖਾ ਦਿੰਦੀ ਹਾਂ, ਮੈਂ ਖੁਦ ਵੀ ਸਿਗਨੋਰਾ ਕਲਚਰ ਦਾ ਹੀ ਸੂਟ ਵੇਅਰ ਕੀਤਾ ਹੈ, ਤੁਸੀਂ ਦੇਖ ਸਕਦੇ ਹੋ, ਵੇਖੋ ਇੱਦਾਂ ਸ਼ਰਟ ਦੇ ਉੱਤੇ ਕਢਾਈ ਕੀਤੀ ਹੋਈ, ਮੈਨੂੰ ਬਹੁਤ ਸੋਹਣਾ ਲੱਗਾ ਸੀ। ਜਦੋਂ ਸਟਾਰਟਿੰਗ 'ਚ ਦੀਦੀ ਨੇ ਕੰਮ ਸ਼ੁਰੂ ਕੀਤਾ ਹੈ, ਮੈਂ ਉਹਦੇ ਹੀ ਸੂਟ ਲੈ ਕੇ ਗਈ ਸੀ ਅਤੇ ਇੱਕ ਮੈਂ ਹੋਰ ਫਰੋਜ਼ੀ ਕਲਰ ਦਾ ਸੂਟ ਪਾਉਂਦੀ, ਉਹ ਵੀ ਮੈਂ ਇੱਥੋਂ ਲੈ ਕੇ ਗਈ ਸੀ, ਬਹੁਤ ਸੋਹਣਾ ਸੂਟ ਆ ਅਤੇ ਆਹ ਦੁਪੱਟਾ ਟਾਈ ਐਂਡ ਡਾਈ ਦਾ ਨਾਲ, ਅਤੇ ਸੇਮ ਇੱਦਾਂ ਜਿਹੜੇ ਤੁਹਾਨੂੰ ਆਪਾਂ ਸੂਟ ਵਿਖਾਏ ਆ ਸੇਮ ਉਹੀ ਰੇਂਜ ਦੇ ਨੇ ਜਿੱਦਾਂ ਦਾ ਮੈਂ ਕੀਤਾ ਹੋਇਆ ਵਾ। ਪਹਿਲਾਂ ਤਾਂ ਆਪਾਂ ਤੁਹਾਨੂੰ ਸਾਰੇ ਜਿਹੜੇ ਕੋਟਨ ਦੇ ਸੂਟ ਦਿਖਾਏ ਸੀ, ਜਿਹੜੇ ਉੱਤੇ ਵਰਕ ਕੀਤੇ ਹੋਏ ਜਿਵੇਂ ਮਸਲੀਨ ਹੋ ਗਿਆ, ਕੋਟਨ ਹੋ ਗਿਆ, ਉਹਦੇ 'ਤੇ ਵਰਕ ਕੀਤਾ ਹੋਇਆ ਸੀ। ਜਿਹੜੇ ਆਪਾਂ ਤੁਹਾਨੂੰ ਹੁਣ ਸੂਟ ਦਿਖਾਉਣ ਲੱਗੇ ਇਹ ਹੈਗੇ ਪਾਰਟੀ ਵੇਅਰ ਸੂਟਸ, ਪਾਰਟੀ ਵੇਅਰ ਸੂਟ ਤੁਸੀਂ ਹੁਣ ਦੇਖੋ, ਆਪਾਂ ਤੁਹਾਡੇ ਸਾਹਮਣੇ ਰੱਖਿਆ, ਆਪਾਂ ਹੁਣ ਇੱਕ ਇੱਕ ਕਰਕੇ ਵਿਖਾ ਦਿੰਦੇ ਹਾਂ। ਦੀਦੀ ਦੱਸੋ ਹੁਣ ਮੈਨੂੰ ਤਾਂ ਪ੍ਰਾਈਜ਼ ਬਾਰੇ ਇਹਨਾਂ ਦੇ ਬਾਰੇ ਕੁਛ ਨਹੀਂ ਪਤਾ ਹੈਗਾ। ਦੱਸੋ ਦੀਦੀ ਆਹ ਜਿਹੜਾ ਸੂਟ ਆ, ਜਿਵੇਂ ਮੰਨ ਲਓ ਹੁਣ ਬਲੂ ਕਲਰ ਦਾ ਸੂਟ ਆ, ਆਹ ਦੇਖ ਲਓ ਇਹਦੇ ਵਰਕ ਦੇਖ ਸਕਦੇ ਹੋ, ਵਰਕ ਪੂਰਾ ਕੀਤਾ ਹੋਇਆ, ਪੂਰਾ ਹੈਵੀ ਵਰਕ ਆ ਔਰ ਹੈਂਡ ਪਲੱਸ ਮਸ਼ੀਨ ਦੋਨੋਂ ਵਰਕ ਕੀਤੇ ਹੋਏ ਆ, ਹੈਂਡ ਪਲੱਸ ਮਸ਼ੀਨ ਆ ਔਰ ਉੱਤੇ ਆ ਜਿਹੜੇ ਮੋਤੀ ਇਹ ਵੀ ਕੀਤੇ ਹੋਏ ਇਹਨਾਂ ਦੇ, ਜਿਹੜੀ ਬਾਉਂਡਰੀ ਜੀ ਹੈ ਨਾ ਜਿਵੇਂ, ਹਨਾ ਆਹ ਦੇਖ ਸਕਦੇ ਹੋ, ਡਾਰਕ ਬਲੂ ਕਲਰ ਆ ਔਰ ਇਹਦੇ ਨਾਲ ਆ ਦੁਪੱਟਾ, ਦੁਪੱਟੇ ਨੂੰ ਗੋਟਾ ਵੀ ਲੱਗਾ ਹੋਇਆ, ਆ ਲੈਸ ਕੀਤੀ ਔਰ ਚਿਨੋਨ ਦਾ ਦੁਪੱਟਾ, ਠੀਕ ਆ, ਚਿਨੋਨ ਦਾ ਦੁਪੱਟਾ ਹੈ ਤੇ ਲੈਸ ਵਗੈਰਾ ਵੀ ਲੱਗੀ ਹੋਈ ਹੈ, ਤੁਸੀਂ ਦੇਖ ਲਿਓ, ਇਹ ਪੂਰਾ ਹੈਵੀ ਸੂਟ ਆ, ਪਾਰਟੀ ਵੇਅਰ ਸੂਟ। ਇਹਦਾ ਪ੍ਰਾਈਜ਼ ਸੁਣਨਾ ਚਾਹੋਗੇ? ਦੱਸੋ, ਤੁਸੀਂ ਤਾਂ ਡਰਾ ਰਹੇ ਹੋ ਇੱਦਾਂ ਹੱਸ ਕੇ। ਇਹ 1500 ਦਾ ਸੂਟ ਹੈ, ਇਹ ਤਾਂ ਫਿਰ ਉਹ ਜਿਹੜੇ ਆਪਾਂ ਸੂਟ ਪਹਿਲਾਂ ਵੇਖੀਏ ਤਾਂ ਸੇਮ ਸੂਟ ਆ, ਇਹ ਕਰੇਪ ਵਰਕ ਕੀਤਾ, ਹਾਂਜੀ ਹਾਂਜੀ, ਇਹ ਕਰੇਪ ਦੇ ਉੱਪਰ, ਨਾਲੇ ਇਹ ਨਹੀਂ ਕਿ ਦੂਜੀ ਨੈਚੁਰਲ ਕਰੇਪ ਦਾ ਕੱਪੜਾ ਹੈ, ਬਹੁਤ ਸੋਹਣਾ ਕੱਪੜਾ, ਕਰੇਪ ਦਾ ਕੱਪੜਾ, ਕਰੇਪ ਦਾ ਕੱਪੜਾ, ਆਪ ਦੇਖ ਕੇ ਹੈਰਾਨ ਹੋਈ ਇਸ ਚੀਜ਼ ਬਾਰੇ। ਆ ਦੇਖੋ ਮੈਂ ਖੜੀ ਹੋ ਕੇ ਤੁਹਾਨੂੰ ਦਿਖਾਨੀ ਆ ਕਿ ਤੁਹਾਨੂੰ ਸੂਟ ਪ੍ਰੋਪਰ ਦਿਖ ਜਾਵੇ ਕਿ ਕਿਸ ਤਰ੍ਹਾਂ ਦਾ ਸੂਟ ਬਣਿਆ। ਮੈਂ ਨਹੀਂ ਮੰਨਦੀ ਦੀਦੀ, ਇਹ ਸੂਟ ਹੈ,
ਮੈਂ ਇਹਨੂੰ ਮੰਨਦੀ ਹਾਂ 4-5 ਹਜ਼ਾਰ ਦਾ ਸੂਟ ਹੋਊਗਾ, ਕਿਉਂਕਿ ਮੈਨੂੰ ਪਤਾ ਨਾ ਮੈਂ ਸ਼ੋਪ 'ਤੇ ਜਾਂਦੀ ਹਾਂ, ਇੰਨਾ ਸਸਤਾ ਮੈਂ ਮੰਨ ਹੀ ਨਹੀਂ ਸਕਦੀ ਦੀਦੀ। ਇਹ 1500 ਦਾ ਸੂਟ ਹੈ, ਤੁਸੀਂ ਮੰਨੋਗੇ ਨਹੀਂ, ਕਿਉਂਕਿ ਦੇਖੋ ਮੈਂ ਵਿਊਵਰਸ ਵਾਸਤੇ ਇਸੇ ਕਰਕੇ ਲੈ ਕੇ ਆਉਂਦੀ ਹਾਂ ਕਿ ਉਹਨਾਂ ਨੂੰ ਸਸਤੇ ਤੋਂ ਸਸਤਾ ਸੂਟ ਮਿਲੇ ਔਰ ਬੈਸਟ ਕੁਆਲਿਟੀ ਮਿਲੇ। ਦੇਖ ਸਕਦੇ ਹੋ ਤੁਸੀਂ, ਮਤਲਬ ਮੈਂ ਹੈਰਾਨ ਤਾਂ ਹੋਣ ਡੀ ਹਾਂ ਕਿ ਚਲੋ ਆਹ ਸਾਹਮਣੇ ਵਾਲਾ ਫਰੰਟ ਤਾਂ ਹੈਗਾ ਹੀ ਹੈਗਾ, ਔਰ ਜਿਹੜੀਆਂ ਆਹ ਬਾਹਾਂ ਨੇ ਉਹ ਇੰਨੀਆਂ ਹੈਵੀ ਨੇ ਬਾਹਾਂ, ਇਹ ਬਾਹਾਂ ਹੀ ਹੈ ਨਾ ਦੀਦੀ ਜਿਹੜੇ? ਹਾਂਜੀ, ਇਹ ਬਾਹਾਂ ਦੇ ਉੱਤੇ ਕੀਤਾ ਹੋਇਆ ਕੰਮ। ਓ ਮਾਈ ਗੋਡ, ਇਹ ਤਾਂ ਬਹੁਤ, ਫਿਰ ਜਿਹੜੇ ਆਪਾਂ ਮਤਲਬ ਜਿਹੜੇ ਮੈਂ ਪਹਿਲਾਂ ਵੇਖੀਏ ਤਾਂ ਸੇਮ ਪ੍ਰਾਈਜ਼ ਔਰ ਵਰਕ ਇੰਨਾ ਹੈਵੀ ਹੈ ਤੇ ਬਹੁਤ ਹੈਵੀ ਹੈ ਇਹਨਾਂ ਦਾ। ਇਹ ਸਪੈਸ਼ਲੀ ਲਿਆਂਦਾ ਹੈ ਕਿਉਂਕਿ ਹੁਣ ਨੈਕਸਟ ਅੱਗੋਂ ਵਿਆਹਾਂ ਦਾ ਹੀ ਸੀਜ਼ਨ ਚੱਲਣਾ ਹੈ। ਸੀਰੀਅਸਲੀ ਆਪਾਂ ਜਿਵੇਂ ਮੰਨ ਲਓ ਉੱਥੇ ਮੋਹਾਲੀ ਜਾਂਦੇ ਹਾਂ, ਸ਼ੋਕਾ ਟੈਕਸ ਜਾਏ ਜਾਂਦੇ ਹਾਂ ਆਪਾਂ, ਹੈ ਨਾ, ਜਾਂ ਮੰਨ ਲਓ ਪਟਿਆਲੇ ਜਾਂਦੇ ਹਾਂ, ਮੈਂ ਤਾਂ ਇੰਨੇ ਸੂਟ ਨੂੰ ਮੈਂ ਮੰਨ ਲਓ ਚੱਲ ਹੱਦ ਤੋਂ ਹੱਦ 3500 ਦਾ ਮੈਂ ਮੰਨ ਸਕਦੀ ਸੂਟ ਹੋਊਗਾ। ਕਈ ਦੁਕਾਨਾਂ ਵਾਲੇ 4000 ਦਾ ਵੀ ਲਾਉਂਦੇ ਆ, 5000 ਦਾ। ਸੀਰੀਅਸਲੀ 1500 ਦਾ ਸੂਟ ਨਾਲ ਆ ਦੁਪੱਟਾ ਵੀ ਚਨਾਉਣ ਦਾ। ਹਾਂ, ਦੁਪੱਟਾ ਵੀ ਚਨਾਉਣਾ, ਔਰ ਦੁਪੱਟਾ ਵੀ ਚਨਾਉਣ ਦਾ ਤੇ ਨਾਲ ਲੱਗਾ ਵੀ ਹੋਇਆ। ਵੇਖੋ ਜਿਵੇਂ ਗੋਟਾ ਲਾਉਂਦੇ ਨਾ ਆਪਾਂ, ਚੌੜਾ ਲੈਸ ਜਿਹੜੀ ਹੁੰਦੀ ਹੈ ਉਹ ਲੱਗਾ ਆ, ਕਿਉਂਕਿ ਸੂਟ ਹੈਵੀ ਹੈ, ਦੁਪੱਟੇ ਇਹਨਾਂ ਨਾਲ ਲਾਈਟ ਰਹਿਣਗੇ। ਮਾਈ ਗੋਡ ਯਾਰ, ਬਹੁਤ ਸੋਹਣਾ ਸੂਟ ਆ। ਹਾਂ ਦੇਖੋ, 1500 ਦਾ ਲੈ ਕੇ ਦੇਖੋ, ਮੈਂ ਇਹਦਾ ਪੱਲਾ ਦੇਖ ਲੈਣਾ। ਹਾਂ ਵੇਖੋ, ਉੱਤੇ ਸਤਾਰੇ ਵੀ ਲੱਗੇ ਹੋਏ ਨੇ। ਹਾਂ ਦੇਖੋ, ਖੁੱਲਾ ਡੁੱਲਾ ਦੁਪੱਟਾ ਹੈ, ਜਿੱਦਾਂ ਮਰਜ਼ੀ ਮਤਲਬ ਜਿੱਦਾਂ ਪੰਜਾਬੀ ਸਟਾਈਲ 'ਚ ਪੱਲ ਲੈਂਦੇ ਆ ਦੁਪੱਟੇ। ਸੀਰੀਅਸਲੀ ਯਾਰ, ਬਹੁਤ ਚੌੜੇ ਪੱਲੇ ਵਾਲਾ ਇਸ ਦੁਪੱਟਾ ਵਾ, ਬਹੁਤ ਸੋਹਣਾ ਦੁਪੱਟਾ ਵੀ ਨਾਲ। ਚਲੋ ਮੈਂ ਬਹਿ ਜਾਂਦੀ ਹੁਣ, ਟੈਗ ਆ ਚਲੇ ਹੁਣ ਇੰਨਾ ਸਸਤਾ ਸੂਟ ਸੁਣ ਕੇ। ਮੈਨੂੰ ਪਤਾ ਕੀ ਲੱਗ, ਮੈਨੂੰ ਲੱਗਾ ਸ਼ਾਇਦ ਦੀਦੀ ਕਹਿੰਦੇ ਹੁਣ ਮੈਂ ਥੋੜ੍ਹੇ ਪਾਰਟੀ ਵੇਅਰ ਸੂਟ ਸਿਖਾਉਂਦੀ, ਮੈਂ ਕਿਹਾ ਹੋ ਸਕਦਾ ਉਹਦੀ ਰੇਂਜ ਜਿਵੇਂ ਮੰਨ ਲਓ ਆਪਾਂ 2000 ਤੱਕ ਦਿਖਾਏ, ਉਹਦੀ ਰੇਂਜ ਥੋੜ੍ਹੀ ਹੈਵੀ ਹੋ ਗਈ, ਪਰ ਇਹ ਤਾਂ ਉਹ ਤੋਂ ਵੀ ਥੱਲੇ ਆ। ਨੈਕਸਟ ਦੀਦੀ, ਨੈਕਸਟ ਇਹ ਹੈ ਕਿ ਮੇਰੀਆਂ ਜਿਹੜੀ ਕਾਲਜ ਗੋਇੰਗ ਜਾਂ ਸਕੂਲ ਗੋਇੰਗ ਆਉਂਦੀਆਂ, ਮੈਨੂੰ ਕਾਲ ਆਉਂਦੇ ਆ ਕਾਫੀ ਕਸਟਮਰਸ ਦੇ, ਉਹਨਾਂ ਦੀ ਇੱਕੋ ਹੀ ਹੁੰਦੀ ਹੈ ਕਿ ਤੁਸੀਂ ਲੈ ਕੇ ਆਉਂਦੇ ਹੋ ਥੋੜ੍ਹੇ ਜਿਹੜੇ ਹੈਗੇ ਲੇਡੀਜ਼ ਲੁੱਕ ਵਿੱਚ ਲਿਆਉਂਦੇ ਹੋ ਜਾਂ ਆਫਿਸਰ ਕਲਾਸ ਦੇ ਸੂਟ ਲੈ ਆਉਂਦੇ ਹੋ, ਸਾਡੇ ਵਾਸਤੇ ਕੀ ਵਰਾਇਟੀ ਲਿਆਉਂਦੇ ਹੋ? ਤਾਂ ਆਪਾਂ ਉਹਨਾਂ ਨੂੰ ਵੀ ਨਿਰਾਸ਼ ਨਹੀਂ ਕਰਨਾ, ਮੈਂ ਹੁਣ ਉਹਨਾਂ ਵਾਸਤੇ ਲਿਆਉਂਦਾ, ਇਹ ਜੋਰਜਟ ਦੇ ਉੱਪਰ ਹੈ। ਠੀਕ ਹੈ, ਜੋਰਜਟ ਦਾ, ਠੀਕ ਹੈ ਜੀ, ਆਹ ਜੋਰਜਟ ਦਾ ਸਟੱਫ ਹੈ, ਪੂਰਾ ਗਰਲਿਸ਼ ਹੈ, ਔਰ ਇਸਦਾ ਦੁਪੱਟਾ ਤੁਹਾਨੂੰ ਮੈਂ ਦਿਖਾਉਂਦੀ ਹਾਂ। ਆਹ ਦੁਪੱਟਾ ਲੈਣ ਵਾਲਾ, ਬਹੁਤ ਸੋਹਣਾ ਦੁਪੱਟਾ, ਸੀਰੀਅਸਲੀ ਪੂਰਾ ਲਾਈਟ ਵੇਟਡ ਦੁਪੱਟਾ ਹੈ, ਔਰ ਇਹ ਗਰਲਿਸ਼ ਸਟਾਈਲ ਦਾ ਸੂਟ ਹੈ। ਹਾਂ, ਬਹੁਤ ਸੋਹਣਾ ਲਾਈਟ ਵੇਟ ਆ, ਔਰ ਜਿਹੜਾ ਇਹਦੇ ਵਿੱਚ ਆ ਕਢਾਈ ਜੀ ਫਲਾਰਸ ਬਣੇ ਹੋਏ, ਕਿੰਨੇ ਸੋਹਣੇ ਆ ਨਾ ਕਲਰ। ਇਹਦੇ ਵਿੱਚ ਦੋ ਹੀ ਹੋਣਗੇ, ਦੇਖੋ। ਅੱਛਾ, ਹਾਂਜੀ, ਇਹਦੇ ਵਿੱਚ ਦੋ ਹੀ ਕਲਰ ਹੋਣਗੇ, ਆ ਦੇਖ ਸਕਦੇ ਹੋ, ਮਤਲਬ ਇੱਕ ਆ ਹੈ, ਠੀਕ ਹੈ ਜੀ। ਇਹ ਵੀ ਕਲਰ ਬਹੁਤ ਸੋਹਣਾ ਦੀਦੀ, ਹਨਾ, ਮਤਲਬ ਇਹ ਕੁੜੀਆਂ ਵਾਸਤੇ ਹੀ ਸਪੈਸ਼ਲੀ ਕਲਰ ਹੈ, ਤੇ ਇਹਦਾ ਦੁਪੱਟਾ ਵੀ ਆ ਦੇਖੋ, ਆ ਸੇਮ ਉਹੀ ਉਸੇ ਪੈਟਰਨ ਚ ਰਹੇਗਾ। ਠੀਕ ਹੈ ਜੀ, ਆ ਦੇਖੋ, ਬਹੁਤ ਦੁਪੱਟਾ ਦੇਖੋ, ਫੜ ਕੇ ਦੇਖੋ। ਨਹੀਂ, ਮੈਨੂੰ ਵੀ ਸੀਰੀਅਸਲੀ ਬੜਾ ਜਿਵੇਂ ਕਹਿੰਦੇ ਨਾ ਸੌਫਟ ਜਿਹਾ ਵਾ ਕੱਪੜਾ, ਤੇ ਜਿਵੇਂ ਵਰਕ ਵੀ ਕੀਤਾ ਹੋਇਆ ਪਰ ਬਹੁਤ ਜ਼ਿਆਦਾ ਲਾਈਟ ਵੇਟ ਆ। ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਹੈਗਾ 650 ਦਾ। 650 ਦਾ ਸੂਟ ਯਾਰ, ਸੱਚੀ ਕਹਿ ਰਹੀ ਹਾਂ ਮੈਂ, 650 ਸੀਰੀਅਸਲੀ ਆ, ਫਿਰ ਤਾਂ ਬਹੁਤ ਵਧੀਆ ਸੂਟ ਹੈ ਯਾਰ, ਮੈਂ ਵੀ ਲਾ ਕੇ ਵੇਖ ਹੀ ਲਵਾਂ। 650 ਦਾ ਸੂਟ ਹੈ ਯਾਰ, ਬਹੁਤ ਸੋਹਣਾ, ਸੀਰੀਅਸਲੀ ਜੋਰਜਟ ਦੇ ਵਿੱਚ ਆ, ਬਹੁਤ ਸੋਹਣਾ ਸੂਟ ਆ, ਇਹ ਜਿਹੜਾ ਟਾਈਮ ਚੱਲ ਰਿਹਾ ਉਹਦੇ 'ਚ ਵੀ, ਅਤੇ ਜਿਹੜਾ ਅੱਗੇ ਆਉਣ ਵਾਲਾ ਟਾਈਮ ਆ ਜਿਹੜਾ ਸਰਦੀਆਂ ਉਹਦੇ 'ਚ ਵੀ ਚੱਲ ਜਾਣਾ, 650। ਚਲੋ ਨੈਕਸਟ ਬਈ, ਹੁਣ ਇਹ ਲਿਆਂਦੇ ਸੀਗੇ ਮੈਂ, ਮਤਲਬ ਇਹ ਬਿਨਾਂ ਦੁਪੱਟੇ ਤੋਂ ਹੈ, ਇਹ ਮਤਲਬ ਮੈਂ ਬੇਸਿਕਲੀ ਲਿਆਂਦਾ ਸੀਗਾ ਮਹਿਕ ਵਾਸਤੇ, ਤੇ ਮਹਿਕ ਕਹਿੰਦੀ ਹੈ ਕਿ ਇਸ ਦੇ ਮੈਨੂੰ ਫਰੋਕ ਬਣਾ ਕੇ ਦਿਓ, ਫਿਰ ਮੈਂ ਕਿਹਾ ਚਲੋ ਮੈਂ ਫਰੋਕ ਤਾਂ ਜਦੋਂ ਬਣਵਾ ਦਾਂਗੀ, ਪਰ ਮੈਂ ਫਿਰ ਵੀ ਮੈਂ ਕਿਹਾ ਚਲੋ ਇੱਕ ਵਾਰ ਇਹ ਪਿਓਰ ਦੇ ਉੱਤੇ ਹੈ,
ਠੀਕ ਹੈ, ਇਹ ਪਿਓਰ ਇਹ ਪਿਓਰ ਜੋਰਜੱਟ ਹੈ, ਪਿਓਰ ਜੋਰਜੱਟ ਹੈ, ਠੀਕ ਹੈ। ਹਾਂ, ਮੈਂ ਕਿਹਾ ਚਲੋ ਇਸ ਦੇ ਉੱਤੇ ਮੈਂ ਜਿਹੜੇ ਡਿਜ਼ਾਈਨਿੰਗ ਇੱਕ ਦੋ ਤਿੰਨ ਪੀਸ ਹੈਗੇ ਆ ਉਹਨਾਂ 'ਤੇ ਡਿਜ਼ਾਈਨਿੰਗ ਵੀ ਹੋ ਰਹੀ ਹੈ, ਉਹ ਵੀ ਮੈਂ ਜਲਦੀ ਵੀਡੀਓ ਪਾ ਦੇਵਾਂਗੀ ਉਹਨਾਂ ਦੀ, ਅਤੇ ਇਹਦੀ ਜਦੋਂ ਫਰੋਕ ਬਣੇਗੀ ਉਹ ਮੈਂ ਪਾਵਾਂਗੀ। ਪਰ ਜੇਕਰ ਕੋਈ ਇੱਦਾਂ ਬਾਏ ਕਰਨਾ ਚਾਹੁੰਦਾ ਹੈਗਾ ਤਾਂ ਮੈਂ ਦੱਸ ਦਿੰਦੀ ਹਾਂ ਕਿ ਇਹ 650 ਦਾ ਹੈ, 650 ਦਾ ਹੈ, ਕਿਉਂਕਿ ਪਿਓਰ ਜੇ ਤੁਸੀਂ ਮਤਲਬ ਇੱਦਾਂ ਹੀ ਬਾਏ ਕਰਨਾ, ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਤੁਸੀਂ ਸਟਿਚ ਕਰਨਾ ਚਾਹੁੰਦੇ ਹੋ, ਹੈ ਨਾ, ਲੈਸਾ ਵਗੈਰਾ ਲਾ ਕੇ, ਤਾਂ ਤੁਸੀਂ ਦੇਖ ਲਓ ਇਹ 650 ਦਾ ਸੂਟ ਆ। ਨੈਕਸਟ ਨੈਕਸਟ ਆਹ ਸੂਟ ਦੇਖੋ, ਠੀਕ ਆ, ਇਹ ਵੀ ਬਹੁਤ ਸੋਹਣਾ ਕਲਰ ਆ, ਹੈ ਨਾ, ਸ਼ਾਈਨ ਜੇ ਵਾਲਾ। ਹਾਂਜੀ ਹਾਂਜੀ, ਇਹ ਆਹ ਦੇਖ ਸਕਦੇ ਹੋ ਕਲਰ, ਆਹ ਸੂਟ ਹੈ, ਨਾਲ ਇਹਦੇ ਮੈਚਿੰਗ ਬੋਟਮ ਰਹੇਗੀ। ਅੱਛਾ, ਇਹਦੇ ਨਾਲ ਮੈਚਿੰਗ ਬੋਟਮ ਆ? ਹਾਂਜੀ ਹਾਂਜੀ, ਸੇਮ ਨਹੀਂ ਆਈ ਮਤਲਬ, ਹਾਂ ਨਹੀਂ ਨਹੀਂ ਉਹ ਠੀਕ ਆ, ਠੀਕ ਹੈ ਜੀ। ਆਹ ਨਾਲ ਬੋਟਮ ਹੈ, ਬੋਟਮ ਦਾ ਸਟੱਫ ਵੀ ਬਹੁਤ ਅੱਛਾ ਦੇਖੋ, ਬੋਟਮ ਦਾ ਸਟੱਫ ਵੀ ਬਹੁਤ ਅੱਛਾ ਹੈਗਾ। ਇਹ ਸੈਮੀ ਮਤਲਬ ਕਰੇਪ ਕਹਿ ਦਿਓ ਕਿ ਉਹ ਹੈ, ਕਰੇਪ, ਠੀਕ ਆ, ਸੈਮੀ ਕਰੇਪ, ਸੈਮੀ ਕਰੇਪ ਆ। ਪਰ ਸ਼ਰਟ ਥੋੜੀ ਹੋਰ ਤਰੀਕੇ ਦੀ ਹੈ, ਸ਼ਾਈਨ ਜੀ ਵਾਲੀ ਹੈ ਨਾ, ਇਹ ਟਿਸ਼ੂ ਹੈ, ਟਿਸ਼ੂ ਹੈ, ਜਾਂ ਕਹਿ ਦਿਓ ਕਿ ਉਹ ਕੀ ਕਹਿੰਦੇ ਆ ਉਹਨੂੰ, ਕੱਪੜਾ ਸ਼ਿਮਰ, ਸ਼ਿਮਰ ਆ, ਸ਼ਿਮਰ, 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 ਨਾਲ ਇਹਦੇ ਦੁਪੱਟਾ ਵੀ, ਨਾਲ ਇਹਦੇ ਦੁਪੱਟਾ ਵੀ ਆ, ਦੇਖ ਸਕਦੇ ਹੋ ਚਾਰੇ ਪਾਸੇ ਆ ਜਿਹੜੇ ਕਾਰਨਰ ਨੇ, ਜਿਹੜੇ ਆ ਵੇਖੋ ਵਰਕ ਕੀਤੇ ਹੋਏ ਨੇ, ਨੀਚੇ ਲੇਸ ਵਰਕ, ਆ ਨੀਚੇ ਆ ਪਾਈਪਿੰਗ ਵਰਕ ਦਿੱਤਾ, ਇੱਕ ਸਾਈਡ ਤੇ ਜਿਹੜੇ, ਹਾਂ, ਬਹੁਤ ਸੋਹਣਾ ਸੂਟ ਹੈ ਵੀ। ਤੋ ਇਹਦੇ ਵਿੱਚ ਜੋ ਕਲਰ ਅਵੇਲੇਬਲ ਹੈਗੇ ਆ, ਇਹਦੇ ਕਲਰ ਹੈਗੇ ਆ, ਠੀਕ ਆ, ਇੱਕ ਆ ਗ੍ਰੀਨ ਹੈ, ਇੱਕ ਆ ਜਿਹੜਾ ਹੈਗਾ ਕਾਪਰ ਸ਼ੇਡ ਹੈ, ਠੀਕ ਹੈ, ਇਹ ਹੋਰ ਆ ਮਜ਼ਾ, ਤੇ ਇੱਕ ਆ ਰੱਖਿਆ ਸੀ, ਮਤਲਬ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਹੈਗੇ ਆ, ਮਤਲਬ ਇਸ ਟਾਈਮ ਸਾਡੇ ਕੋਲ ਇੱਥੇ ਪਏ ਆ, ਪਰ ਚਾਰ ਕਲਰ ਅਵੇਲੇਬਲ। ਇਹਦਾ ਪ੍ਰਾਈਸ ਦੱਸ ਦਿਓ ਦੀਦੀ, ਕੀ ਆ ਇਹਦਾ? ਜਿਹੜਾ ਪ੍ਰਾਈਸ ਹੈਗਾ ਉਹ 1000। ਵੈਰੀ ਨਾਈਸ, ਪ੍ਰਾਈਸ ਬਹੁਤ ਰੀਜ਼ਨੇਬਲ ਆ ਦੀਦੀ ਦੇ। ਇਹ ਨਹੀਂ ਕਹਿ ਰਹੀ ਮੈਂ ਕਿ ਮਤਲਬ ਮੇਰੇ ਦੀਦੀ ਆਪਣੇ ਆ, ਬਟ ਮੈਂ ਜੇ ਓਵਰਆਲ ਜਿੱਥੋਂ ਜਿੱਥੋਂ ਮੈਂ ਸੂਟ ਖਰੀਦੇ ਆ, ਮੈਂ ਉਹਦੇ ਕੰਪੈਰੀਜ਼ਨ ਨਾਲ ਦੱਸ ਰਹੀ ਹਾਂ ਕਿ ਪ੍ਰਾਈਸ ਜਿਹੜੇ ਆ ਬਹੁਤ ਰੀਜ਼ਨੇਬਲ ਆ। ਚਲੋ ਨੈਕਸਟ ਦੀਦੀ, ਨੈਕਸਟ ਆ ਦੇਖੋ, ਨੈਕਸਟ ਸੂਟ ਦੇਖੋ, ਇਹ ਕਰੇਪ ਆ, ਇਹ ਵੇਖੋ ਜੀ, ਕਰੇਪ 'ਤੇ ਬਣਿਆ ਹੋਇਆ ਵਾ, ਪੂਰਾ ਉੱਪਰ ਤੋਂ ਲੈ ਕੇ ਨੀਚੇ ਤੱਕ ਬਣਿਆ ਹੋਇਆ ਵਾ, ਅਤੇ ਹਾਂ ਇਹ ਕਰੇਪ ਦੇ ਉੱਤੇ ਆ, ਨੀਚੇ ਵੀ ਉਹ ਵੇਖੋ ਕਿੱਡੇ ਸੋਹਣੇ ਹੈਵੀ ਵਰਕ ਆ ਘੇਰਾ, ਇਹਦਾ ਹੈਂਡ ਵਰਕ ਸਾਰਿਆਂ 'ਤੇ ਹੀ, ਸਾਰਾ ਹੈਂਡ ਵਰਕ ਕੀਤਾ ਹੋਇਆ, ਠੀਕ ਆ। ਇਹਦੇ ਨਾਲ ਵੀ ਇਹਦੇ 'ਚ ਨੋਨ ਦਾ ਦੁਪੱਟਾ ਵਾ, ਅਤੇ ਇੱਦਾਂ ਵਰਕ ਕੀਤਾ ਹੋਇਆ ਜਿਹੜਾ, ਅਤੇ ਨਾਲ ਇਹਦਾ ਬਾਰਡਰ ਜਿਹੜਾ ਲੈਸ ਲੱਗੀ ਹੋਈ ਚੌੜੇ ਪੱਲੇ ਵਾਲੀ। ਇਹ ਇਹ ਕਿੰਨੇ ਦਾ ਪ੍ਰਾਈਸ ਇਹਦਾ? ਇਹ ਵੀ ਉਹੀ 1500 ਦੇ ਵਿੱਚ ਹੈ। ਅੱਛਾ, ਇਹ ਵੀ 1500 ਦੀ ਰੇਂਜ ਦਾ? ਇਹ ਸੇਮ ਆ ਕਿ ਇਹ ਕਲਰ? ਇਹ ਮਤਲਬ ਹਰ ਇੱਕ ਦਾ ਥੋੜਾ ਪੈਟਰਨ ਆ, ਡਿਫਰੈਂਟ ਆ, ਡਿਫਰੈਂਟ ਹੈ, ਮਤਲਬ ਚੀਜ਼ਾਂ ਸੇਮ ਸੇਮ ਨੇ, ਮਤਲਬ ਤੇ ਪ੍ਰਾਈਸ ਵੀ ਸੇਮ ਨੇ, ਪ੍ਰਾਈਸ ਵੀ ਸੇਮ ਹੈਗੇ ਆ, ਠੀਕ ਆ। ਬਟ ਇਹ ਕਿ ਦੁਪੱਟੇ ਤੋਂ, ਦੁਪੱਟਿਆਂ 'ਚ ਫਰਕ ਹੈਗਾ, ਦੁਪੱਟੇ ਬਹੁਤ ਵਰਕ ਕੀਤਾ ਹੋਇਆ, ਮਤਲਬ ਇਹ ਨਹੀਂ ਹੈਗਾ ਕਿ ਮੈਂ ਜੇ ਥੋੜਾ ਵਰਕ ਜ਼ਿਆਦਾ ਕੀਤਾ ਹੋਇਆ ਤਾਂ ਆਪਾਂ ਕਹਿ ਦਾਂਗੇ ਜੀ ਉਹ ਥੋੜਾ 3500 ਦਾ ਚਲਾ ਗਿਆ, ਇੰਨੇ ਦਾ ਜੀ 2500 ਦਾ ਹੈਗਾ, ਨਹੀਂ। ਹਾਂ, ਬਹੁਤ ਸੋਹਣਾ ਸੂਟ ਹੈ ਬਈ ਇਹ ਵੀ। ਆਹ ਦੁਪੱਟਾ ਇਹਦਾ ਦੇਖੋ, ਦੁਪੱਟਾ ਦੇਖੋ ਇਹਦਾ, ਦੁਪੱਟੇ ਦਾ ਜਾਲ ਦੇਖੋ ਇਸ ਦਾ। ਉਧਰ ਵੀ ਪਏ ਤੁਹਾਡੇ ਕੋਲ? ਅੱਛਾ, ਇਧਰ ਵੀ ਹੈ, ਮੈਨੂੰ ਲੱਗਾ ਸ਼ਾਇਦ ਖਤਮ ਹੋ ਗਿਆ। ਇਹ ਵੀ ਬਹੁਤ ਸੋਹਣਾ ਕਲਰ ਆ, ਜਿਵੇਂ ਪਹਿਲਾਂ ਸੂਟ ਕੱਟ ਖੋਲਿਆ ਸੀ ਨਾ ਬਲੂ ਕਲਰ, ਜਿਵੇਂ ਆਹ ਲੱਗੇ ਹੋਏ ਨੇ ਮੋਤੀਆਂ ਦੇ ਨਾਲ ਕੀਤੀ ਹੋਈ ਉਹਦੇ, ਉਹ ਸੇਮ ਉਦਾਂ ਹੀ ਆ, ਇਹਦੇ ਨਾਲ ਵੀ ਸੇਮ ਇਦਾਂ ਹੀ ਆ, ਚਨੂਨ ਦਾ ਦੁਪੱਟਾ ਵਾ, ਇਹਦਾ ਵੀ ਸੇਮ ਪ੍ਰਾਈਸ ਆ, ਸੇਮ ਪ੍ਰਾਈਸ ਹੈ ਜੀ, ਠੀਕ ਆ। ਆਹ ਸੇਮ ਹੋ ਗਿਆ ਆਪਣਾ ਨਾ ਉਹਦੇ ਨਾਲ ਦਾ? ਹਾਂਜੀ, ਪਰ ਇਹ ਡਿਫਰੈਂਟ ਹੈ, ਪੈਟਰਨ ਥੋੜਾ ਡਿਫਰੈਂਟ ਹੋ ਜਾਊਗਾ, ਕਲਰ ਸੇਮ ਆ, ਹਾਂਜੀ, ਪ੍ਰਾਈਸ ਵੀ ਸੇਮ ਆ, ਆਹ ਵੀ ਸੇਮ ਯੈਲੋ ਕਲਰ ਦਾ, ਇਹ ਵੀ ਬਹੁਤ ਹੈਵੀ ਵਰਕ ਕੀਤਾ ਹੋਇਆ,
ਪੂਰਾ ਬੂਟੀ ਵਰਕ ਕੀਤਾ ਹੋਇਆ ਹੋਇਆ ਦੁਪੱਟਾ ਚਨਾਉਣ ਦਾ ਤੇ ਆ ਜਿਹੜਾ ਬਲੂ ਕਲਰ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਦਿਖਾਇਆ ਸੀ ਥੋੜਾ ਬਲੂ ਕਲਰ ਤੇ ਇੱਕ ਆਹ ਕਲਰ ਆ ਇਹ ਸਾਰੇ ਹੈਂਡ ਵਰਕ ਕੀਤੇ ਹੋਏ ਨੇ ਪਾਰਟੀ ਵੀਅਰ ਸੂਟ ਨੇ ਇਹਦਾ ਪੈਟਰਨ ਦਿਖਾਓ ਜਰਾ ਇਸ ਤੇ ਪੀਕੌਕ ਸਟਾਈਲ ਬਣੇ ਹੋਏ ਆ ਦੇਖੋ ਅੱਛਾ ਠੀਕ ਆ ਇਹ ਠੀਕ ਆ ਹਾਂ ਇਹ ਵੀ ਕਰੇਪ ਦਿੱਤੇ ਆ ਇਹ ਕਰੇਪ ਦੇ ਉੱਪਰ ਹੈ ਰੇਂਜ ਬਿਲਕੁਲ ਰੀਜ਼ਨੇਬਲ ਆ ਤੇ ਬਾਕੀ ਤੁਸੀਂ ਜੇ ਕਿਸੇ ਨੇ ਆਪਣੇ ਪਾਰਟੀ ਵੀਅਰ ਹੁਣ ਅੱਗੇ ਜਿਵੇਂ ਪਾਰਟੀ ਸਟਾਰਟ ਹੋਣੀ ਆ ਮੈਰਿਜ ਨੇ ਫੰਕਸ਼ਨ ਨੇ ਹੈ ਨਾ ਤੇ ਜੇ ਕਿਸੇ ਨੇ ਆਰਡਰ ਕਰਨੇ ਆ ਤੁਸੀਂ ਦੀਦੀ ਦੇ ਨੰਬਰ ਤੇ ਵਟਸਐਪ ਮੈਸੇਜ ਕਰ ਸਕਦੇ ਹੋ ਤੇ ਬਾਕੀ ਆਪਾਂ ਜਿਹੜਾ ਨੰਬਰ ਆ ਦੀਦੀ ਤੁਹਾਨੂੰ ਨੀਚੇ ਦੇ ਹੀ ਦਿੰਦੇ ਹਾਂ ਤੇ ਤੁਸੀਂ ਉੱਥੇ ਕਾਲ ਕਰਕੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਤੁਸੀਂ ਉਹੀ ਫੋਨ ਕਾਲਸ ਜਾਂ ਮੈਸੇਜ ਕਰਿਓ ਜਿਨ੍ਹਾਂ ਨੇ ਜੈਨੂਇਨ ਬਾਏ ਕਰਨਾ ਵਾ ਕਿਉਂਕਿ ਦੀਦੀ ਨੂੰ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਨੇ ਕਈ ਮਤਲਬ ਜਿਹੜਾ ਹੁਣ ਦੇਖੋ ਇੱਕ ਟਾਈਮ ਹੁੰਦਾ ਹੈ ਆਫਿਸ ਟਾਈਮ ਹੁੰਦਾ ਹਰ ਇੱਕ ਦਾ ਪਰਟੀਕੁਲਰ ਹੁੰਦਾ 9 ਤੋਂ 5 ਵਜੇ ਤੱਕ ਟਾਈਮ ਹੁੰਦਾ ਚਲੋ ਆਪਾਂ 6 ਵਜੇ ਤੱਕ ਵੀ ਮੰਨ ਕੇ ਚੱਲ ਪੈਂਦੇ ਹਾਂ ਹਨਾ ਬਟ ਕਈ ਵਾਰ ਜਿਵੇਂ ਰਾਤ ਨੂੰ ਕੋਈ ਵੀਡੀਓਜ਼ ਦੇਖਦੇ ਆ ਰਾਤ ਨੂੰ 9 ਵਜੇ ਕਿਸੇ ਨੇ ਦੇਖ ਲਈ ਕਿਸੇ ਨੇ 11:30 ਦੇਖ ਲਈ ਰਾਤ ਨੂੰ ਫੋਨ ਕਰਨ ਲੱਗ ਜਾਂਦੇ ਆ ਹਾਂ ਮੇਰਾ ਵੀ ਫੈਮਿਲੀ ਟਾਈਮ ਹੁੰਦਾ ਨਹੀਂ ਫੈਮਿਲੀ ਸਹੀ ਗੱਲ ਹੈ ਦੀਦੀ ਵੀ ਫੈਮਿਲੀ ਵਾਲੇ ਆ ਕੁਝ ਮੈਨੂੰ ਵੀ ਰੈਸਟ ਦਾ ਟਾਈਮ ਹੁੰਦਾ ਹੈ ਕਿ ਮੈਨੂੰ ਵੀ ਰੈਸਟ ਚਾਹੀਦੀ ਹੁੰਦੀ ਹੈ ਤੇ ਬਟ ਉਹ ਜਦੋਂ ਕਾਲ ਹੁੰਦੇ ਆ ਫਿਰ ਕਈ ਜੈਨੂਇਨ ਕਾਲਸ ਹੁੰਦੀਆਂ ਨੇ ਉਹ ਵੀ ਮਿਸ ਹੋ ਜਾਂਦੀਆਂ ਨੇ ਬਿਲਕੁਲ ਸਹੀ ਕਹਿ ਰਹੇ ਦੀਦੀ ਕਿਉਂਕਿ ਦੀਦੀ ਵੀ ਫੈਮਿਲੀ ਵਾਲੇ ਨੇ ਦੀਦੀ ਦੇ ਬੱਚੇ ਨੇ ਦਿਨੇ ਘਰ ਦਾ ਕੰਮ ਵੀ ਕਰਨਾ ਫੈਮਿਲੀ ਨੂੰ ਵੀ ਦੇਖਣਾ ਔਰ ਪੂਰਾ ਆਪਣਾ ਬੁਟੀਕ ਵਰਕ ਵੀ ਕਰਨਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਵਟਸਐਪ ਤੇ ਮੈਸੇਜ ਕਰਦਿਆ ਕਰੋ ਉਹ ਜ਼ਿਆਦਾ ਈਜ਼ੀ ਹੋਊਗਾ ਕਿਉਂਕਿ ਫੋਨ ਕਾਲ ਅਟੈਂਡ ਕਰਨ ਨਾਲੋਂ ਬੰਦਾ ਜਦੋਂ ਥੋੜ੍ਹਾ ਜਿਹਾ ਆਪਣੇ ਘਰ ਤੋਂ ਫ੍ਰੀ ਹੁੰਦਾ ਵਾ ਘਰ ਦੇ ਕੰਮਾਂ ਤੋਂ ਹਨਾ ਬੰਦਾ ਵਟਸਐਪ ਤਾਂ ਦੇਖ ਸਕਦਾ ਈਜ਼ੀਲੀ ਕਿਉਂਕਿ ਫੋਨ ਕਾਲ ਜਿਹੜੇ ਕਰ ਜਾਂਦੇ ਉਹ ਫਿਰ ਨਿਕਲ ਜਾਂਦੇ ਇੰਨੇ ਜਣਿਆਂ ਨੂੰ ਕਾਲ ਦੁਬਾਰਾ ਨਹੀਂ ਹੋ ਸਕਦੀ ਹਨਾ ਸੋ ਇਸ ਕਰਕੇ ਕੋਸ਼ਿਸ਼ ਇਹੀ ਕਰੋ ਕਿ ਵਟਸਐਪ ਤੇ ਮੈਸੇਜ ਕਰੋ ਆਈ ਹੋਪ ਕਿ ਤੁਸੀਂ ਸਾਰੇ ਸਾਨੂੰ ਜਿਵੇਂ ਪਹਿਲਾਂ ਪਿਆਰ ਦਿੰਦੇ ਹੋ ਉਨਾ ਹੀ ਪਿਆਰ ਦਿਓ ਔਰ ਸਾਡੇ ਦੀਦੀ ਨੂੰ ਵੀ ਉਨਾ ਹੀ ਪਿਆਰ ਦਿਓ ਪਰਮਾਤਮਾ ਦੀ ਕਿਰਪਾ ਨਾਲ ਸੀਰੀਅਸਲੀ ਬਹੁਤ ਮਿਹਰ ਆ ਦੀਦੀ ਦਾ ਕੰਮ ਵਧੀਆ ਚੱਲ ਰਿਹਾ ਵਾ ਮਹਾਰਾਜ ਦੀ ਕਿਰਪਾ ਦੇ ਨਾਲ ਹਨਾ ਤੇ ਬਾਕੀ ਤੁਹਾਡੀ ਸਾਰਿਆਂ ਦੀ ਸਹਾਇਤਾ ਨਾਲ ਚਲੋ ਮਿਲਦੇ ਹਾਂ ਆਪਾਂ ਫਿਰ ਅੱਗੇ ਨੈਕਸਟ ਕਦੇ ਵਲੌਗ ਬਣਾਵਾਂਗੇ ਜਦੋਂ ਦੀਦੀ ਨਵੇਂ ਸੂਟ ਲੈ ਕੇ ਆਓਗੇ ਅੱਜ ਤੁਹਾਨੂੰ ਜਿਹੜੇ ਅਸੀਂ ਦਿਖਾਏ ਇਹੋ ਹੀ ਆ ਚਲੋ ਮਿਲਦੇ ਹਾਂ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ।